ਹਾਜ਼ਰ ਚੰਚਦਾ ਵਿਚਾਰ ਸਾਥ ਸ਼੍ਰੀ ਕਾਲ ਜੀ ਤੁਸੀਂ ਪ੍ਰਾਈਮ ਮਿਸ਼ਰ ਟੈਲੀਵਿਜ਼ਨ ਦੇਖ ਰਹੇ ਹੋ ਦੋਸਤੋ ਮਹੇਸ਼ਵਰ ਲਲ ਸਿੰਘ ਟੈਣਾ ਤੇ ਹਰ ਰੋਸ ਦੀ ਤਰ੍ਹਾਂ ਹੀ ਪ੍ਰੋਗਰਾਮ ਅੱਜ ਦਾ ਵਿਚਾਰ ਲੈ ਕੇ ਹਾਜ਼ਰ ਹਾਂ ਹਰ ਰੋਸ ਦੀ ਤਰ੍ਹਾਂ ਹੀ ਹਰਬੰਸਰ ਜੀ ਨਾਲ ਨੇ ਦੋ ਦਿਨਾਂ ਦੇ ਵਕਫੇ ਤੋਂ ਬਾਅਦ ਯਾਨੀ ਕਿ ਸ਼ਨੀ ਐਤਵਾਰ ਦੀ ਛੁੱਟੀ ਤੋਂ ਬਾਅਦ ਅੱਜ ਅਸੀਂ ਸੋਮਵਾਰ ਨੂੰ ਇੱਕ ਵਾਰ ਫਿਰ ਹਾਜ਼ਰ ਹਾਂ ਜਦੋਂ ਅਸੀਂ ਇਹਨਾਂ ਖਬਰਾਂ ਦੀ ਇਹਨਾਂ ਗੱਲਾਂ ਬਾਤਾਂ ਦੀ ਇਹਨਾਂ ਪਰਿਵਾਰਕ ਮੁਹੱਬਤੀ ਤਾਣੇ ਬਣੇ ਦੀ ਸਾਂਝ ਪਾ ਰਹੇ ਹਾਂ ਉਸ ਵੇਲੇ ਬਾਹਰ ਸੋਹਣੀ ਧੁੱਪ ਨਿਕਲੀ ਹੋਈ ਆ ਇਹ ਨਿਕਲੀ ਹੀ ਰਹੇ ਚਮਕਦੀ ਹੀ ਰਹੇ ਕੜਕਦਾਰ ਨਿਕਲੀ ਜਾਵੇ ਇਹਦੀ ਅਸੀਂ ਕਾਮਨਾ ਕਰਦੇ ਆ ਪਹਿਲਾਂ ਕਰਦੇ ਹਰਮਨ ਚੰਦ ਜੀ ਦਾ ਸਵਾਗਤ ਤੇ ਫਿਰ ਕਰਾਂਗੇ ਅਗਲੀ ਗੱਲਬਾਤ ਸਤਿ ਸ਼੍ਰੀ ਅਕਾਲ ਜਨਾਬ ਸਾਹਿਬ ਕੀ ਹਾਲ ਚਾਲ ਨੇ ਬਹੁਤ ਅੱਛੇ ਟਾਣਾ ਸਾਹਿਬ ਤੁਸੀਂ ਵਾਕਈ ਸਹੀ ਕਿਹਾ ਕਿ ਧੁੱਪ ਬਹੁਤ ਸੋਹਣੀ ਹੈ ਤੇ ਇੱਦਾਂ ਹੀ ਚੜੀ ਰਵੇ ਕਿਉਂਕਿ ਹੁਣ ਧੁੱਪ ਦੀ ਜ਼ਰੂਰਤ ਵੀ ਹੈ ਪਰ ਆ ਦੋ ਦਿਨਾਂ ਦੇ ਵਿੱਚ ਆਲੇ ਦੁਆਲੇ ਜਾਣ ਦਾ ਮੌਕਾ ਮਿਲਿਆ ਤੇ ਸੱਚੀ ਕਹਿਨੀ ਆ ਟਾਣਾ ਸਾਹਿਬ ਮੈਨੂੰ ਇਹ ਲੱਗਿਆ ਸੀ ਕਿ ਸ਼ਾਇਦ ਦੁਆਬੇ ਦੇ ਵਿੱਚ ਜਿਹੜਾ ਨੁਕਸਾਨ ਆ ਉਹ ਥੋੜਾ ਜਿਹਾ ਮਾਲਵੇ ਮੱਝ ਦੇ ਮੁਕਾਬਲੇ ਘੱਟ ਹੋਇਆ ਪਰ ਨਹੀਂ ਦੁਆਬੇ ਦੇ ਵਿੱਚ ਵੀ ਜੇ ਤੁਸੀਂ ਪਿੰਡਾਂ ਦੇ ਵਿੱਚ ਜਾਂਦੇ ਹੋ ਕਪੂਰਥੱਲੇ ਵਾਲੇ ਪਾਸੇ ਜਾਂਦੇ ਹੋ ਜਾਂ ਹੋਰ ਥਾਵਾਂ ਤੇ ਜਾਂਦੇ ਹੋ ਤਾਂ ਕਣਕ ਵਿਸ਼ੀ ਹੋਈ ਹੈ ਔਰ ਸਭ ਤੋਂ ਜ਼ਿਆਦਾ ਚਿੰਤਾ ਵਾਲੀ ਗੱਲ ਇਹ ਹੈ ਕਿ ਬਹੁਤੇ ਲੋਕਾਂ ਦਾ ਉੱਥੇ ਗਰਦੋਰੀ ਦੇ ਲਈ ਕੋਈ ਵੀ ਨਹੀਂ ਆਇਆ ਬਿਲਕੁਲ ਜੀ ਮੈਂ ਇਸੇ ਗੱਲ ਤੇ ਆਉਣ ਲੱਗਾ ਕਈ ਕਿਸਾਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਆ ਪੁੱਛਿਆ ਬਾਈ ਜੀ ਤੁਹਾਡੇ ਖੇਤ ਨੂੰ ਦੇਖਣ ਦੇ ਲਈ ਪਟਵਾਰੀ ਸਾਹਿਬ ਆਏ ਜਾਂ ਕੋਈ ਹੋਰ ਮਾਲ ਮਹਕਮੇ ਦਾ ਅਧਿਕਾਰੀ ਆਇਆ ਉਹਨਾਂ ਨੇ ਕਿਹਾ ਬਾਈ ਇਹ ਸਾਡੇ ਵੱਲ ਤਾਂ ਨਹੀਂ ਆਇਆ ਜੀ ਜੇ ਕਿਸੇ ਰਾਜਨੀਤਿਕ ਵਿਅਕਤੀ ਨੇ ਇਹ ਗੱਲ ਕਹੀ ਹੋਵੇ ਕਿ ਇਹ ਤਾਂ ਆਉਂਦੇ ਹੀ ਨਹੀਂ ਤਾਂ ਅਸੀਂ ਇਹ ਗੱਲ ਕਹਿ ਗਏ ਵੀ ਇਹਨਾਂ ਨੇ ਤਾਂ ਇਹ ਗੱਲ ਕਹਿਣੀ ਪਰ ਜੇ ਲੋਕ ਖੇਤ ਦਾ ਮਾਲਕ ਇਹ ਗੱਲ ਕਵੇ ਕਿ ਮੇਰੇ ਖੇਤ ਦੇ ਵਿੱਚ ਤਾਂ ਨਹੀਂ ਆਇਆ ਤੇ ਆ ਪਾਈਆ ਫਸਲ ਲੰਮੀ ਤੇ ਫਿਰ ਉਹਦੇ ਤੇ ਤਾਂ ਯਕੀਨ ਕਰਨਾ ਬਣਦਾ ਤੇ ਜਦੋਂ ਤੁਸੀਂ ਦੂਜੇ ਪਾਸੇ ਪਟਵਾਰੀ ਸਾਹਿਬਾਨ ਨਾਲ ਬਹੁਤ سارے ਵਖ ਵਖ ਥਾਵਾਂ ਤੇ ਜਾ ਵੀ ਰਹੇ ਪਰ ਪਟਵਾਰੀ ਸਾਹਿਬ ਇਹ ਗੱਲ ਕਹਿੰਨੇ ਵੀ ਯਾਰ ਜਿੰਨਾ ਥੋੜਾ ਸਮਾਂ ਸਾਨੂੰ ਦਿੱਤਾ ਗਿਆ ਤੇ ਜਿੰਨਾ ਖੇਤਰਫਲ ਆ ਉਸੇ ਹਿਸਾਬ ਦੇ ਨਾਲ ਅਸੀਂ ਕੱਲੇ ਕੱਲੇ ਖੇਤ ਦੇ ਵਿੱਚ ਪੈਂਦੀ ਸਟਿੱ ਕਿਵੇਂ ਚਲੇ ਜਾਵਾਂਗੇ ਇਸ ਕਰਕੇ ਬੜਾ ਕੁਝ ਇਸ ਮਾਮਲੇ ਦੇ ਵਿੱਚ ਵੀ ਹੋ ਰਿਹਾ ਪਟਵਾਰੀ ਆਪਣੀ ਮਿਹਨਤ ਵੀ ਕਰ ਰਹੇ ਆ ਤੇ ਸਰਕਾਰ ਦੇ ਵੱਲੋਂ ਸਮਾਂ ਸੀਮਾ ਵੀ ਤੈਅ ਕਰ ਦਿੱਤੀ ਗਈ ਆ ਤੇ ਕਿਸਾਨ ਖੇਤਾਂ ਦੇ ਵਿੱਚ ਖੜੇ ਉਡੀਕੀ ਵੀ ਜਾਂਦੇ ਆ ਜੀ ਬਿਲਕੁਲ ਸਹੀ ਕਹਿ ਤੁਸੀਂ ਸੋ ਖੈਰ ਬਾਕੀ ਇਹ ਤਾਂ ਕੁਦਰਤ ਅੱਗੇ ਬੇਨਤੀ ਹੈ ਕਿ ਮੌਸਮ ਇੱਦਾਂ ਹੀ ਰਵੇ ਹੁਣ ਇਹ ਖਰਾਬ ਨਾ ਹੋਵੇ ਤੇ ਬਾਕੀ ਟਹਿਣਾ ਸਾਹਿਬ ਤੁਸੀਂ ਮੌਸਮ ਦੀ ਹਾਲ ਬਿਆਨ ਨਹੀਂ ਕਰਦੇ ਹੁਣ ਚਾਹੀਦੇ ਵਿਚਾਰ ਵਾਲ ਨੂੰ ਦੇਖੋ ਹੁਣ گورنر ਸੁਣਿਓ ਤੇ ਇਹ ਸਭ ਦੇ ਉੱਤੇ ਨਾ ਲਾਗੂ ਹੋਣ ਵਾਲੀ ਗੱਲ ਆ ਜੀ ਕਿ ਛੋੜ ਦੋ ਕਿਸਮਤ ਦੀ ਲਕੀਰਾਂ ਉੱਪਰ ਭਰੋਸਾ ਕਰਨਾ ਹੂੰ ਛੋੜ ਦਿਓ ਕਿਸਮਤ ਦੀ ਲਕੀਰਾਂ ਉੱਪਰ ਭਰੋਸਾ ਕਰਨਾ ਜਦ ਲੋਕ ਬਦਲ ਜਾਂਦੇ ਹਨ ਆਹਾਂ ਤਾਂ ਕਿਸਮਤ ਕੀ ਚੀਜ਼ ਹੈ ਕੀ ਬਾਤ ਹੈ ਮਿਹਰਬਾਨੀ ਕਿਸਮਤ ਵੀ ਬਦਲਦੀ ਹੈ ਟਾਣਾ ਸਾਹਿਬ ਪਰ ਕਿਸਮਤ ਘਰ ਬੈਠਿਆਂ ਕਦੇ ਨਹੀਂ ਬਦਲਦੀ ਬਿਲਕੁਲ ਉਹਦੇ ਲਈ ਘਰੋਂ ਬਾਹਰ ਨਿਕਲਣਾ ਪੈਂਦਾ ਜੀ ਸਹੀ ਦਿਸ਼ਾ ਦੇ ਵੱਲ ਕੰਮ ਕਰਨਾ ਪੈਂਦਾ ਦਿਮਾਗ ਨੂੰ ਕਾਬੂ ਸੇ ਰੱਖਣਾ ਪੈਂਦਾ ਪੈਰਾਂ ਦੀ ਰਫ਼ਤਾਰ ਤੇਜ਼ ਕਰਨੀ ਪੈਂਦੀ ਕਦਮਾਂ ਦੀ ਪਰ ਸਹੀ ਮੰਜ਼ਲ ਦੇ ਵੱਲ ਹਾਂ ਇਹ ਨਹੀਂ ਵੀ ਜਿੱਧਰ ਨੂੰ ਮਰਜ਼ੀ ਤੁਰਪੇ ਵੀ ਸਾਡੇ ਕਦਮ ਬੜੇ ਤੇਜ਼ ਆ ਬਿਲਕੁਲ ਸਹੀ ਹੈ ਦਿਸ਼ਾ ਸਹੀ ਹੋਣੀ ਚਾਹੀਦੀ ਹੈ ਤੇ ਤੁਹਾਡੇ ਦਿਮਾਗ ਦੀ ਦਸ਼ਾ ਵੀ ਸਹੀ ਹੋਣੀ ਚਾਹੀਦੀ ਹੈ ਫਿਰ ਆਪਣੇ ਮੰਜ਼ਲ ਤੱਕ ਤੁਸੀਂ ਪਹੁੰਚ ਜਾਣਾ ਹੁਣ ਮੇਰੇ ਵਾਲਾ ਚਾਹਦਾ ਵਿਚਾਰ ਜਿਹੜਾ ਸਭ ਹਿੰਦੀ ਦੇ ਵਿੱਚ ਕਿਸੇ ਨੇ ਬਹੁਤ ਖੂਬ ਲਿਖਿਆ ਤੇ ਮੈਂ ਕਿਹਾ ਅੱਜ ਆਪਾਂ ਸਾਂਝਾ ਕਰ ਦਈਏ ਕਹਿੰਦਾ ਨਿਕਲੇ ਹੈ ਵੋ ਲੋਕ ਮੇਰੀ ਸ਼ਖਸੀਅਤ ਬਿਗਾੜਨੇ ਆਹਾ ਨਿਕਲੇ ਹੈ ਵੋ ਲੋਕ ਮੇਰੀ ਸ਼ਖਸੀਅਤ ਬਿਗਾੜਨੇ ਜਿਨਕੇ ਖੁਦ ਕੇ ਕਿਰਦਾਰ ਮਰਮਤ ਮੰਗ ਰਹੇ ਵਾ ਵਾ ਬਹੁਤ ਖੂਬ ਕੀ ਬਾਤ ਆ ਸ਼ੁਕਰੀਆ ਸਿਰਫ ਜੇ ਨੇ ਲਿਖਿਆ ਕਮਾਲ ਲਿਖਿਆ ਬਿਲਕੁਲ ਜੀ ਉਹ ਲੋਕ ਵੀ ਅੱਜਕੱਲ ਦੂਜੇ ਦੀ ਸ਼ਖਸੀਅਤ ਦੇ ਵਿੱਚ ਨੁਕਸ ਕੱਢਦੇ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੀ ਆਪ ਦੀ ਸ਼ਖਸੀਅਤ ਕਿਹੋ ਜੀ ਹੈ ਜੀ ਆਪ ਦਾ ਕਿਰਦਾਰ ਕਿਹੋ ਜਿਹਾ ਹਣ ਕੀ ਉਹਨਾਂ ਦੇ ਆਪਣਾ ਵਜੂਦ ਕੀ ਆ ਉਹ ਕਿੱਥੇ ਜੇ ਖੜੇ ਹਨ ਉਹ ਲੋਕ ਅੱਜਕੱਲ ਦੂਜੇ ਨੂੰ ਇਹ ਗੱਲ ਕਹਿੰਦੇ ਵੀ ਤੂੰ ਸਹੀ ਨਹੀਂਗਾ ਹੂੰ ਤੇਰਾ ਕਿਰਦਾਰ ਨਹੀਂ ਸਹੀ ਜੀ ਆਪਦੀ ਸ਼ਖਸੀਅਤ ਨੂੰ ਸੁਧਾਰ ਇਹ ਜਕਰ ਤੋਂ ਐ ਕਰ ਲੇ ਤਾਂ ਫਿਰ ਇਉਂ ਹੋ ਜੇ ਬਿਲਕੁਲ ਸਹੀ ਮੈਨੂੰ ਇਹ ਨਹੀਂ ਸਮਝ ਆਉਂਦਾ ਹੁੰਦਾ ਜਨਾਬ ਸਭ ਕਿ ਕਈ ਵਾਰ ਆਪਾਂ ਇਹ ਵੇਖਦੇ ਆ ਕਿ ਕਿਸੇ ਇਨਸਾਨ ਦੇ ਬਾਬਤ ਕੁਝ ਵੀ ਗੱਲ ਕਹਿ ਦਿੱਤੀ ਜਾਂਦੀ ਚਾਹੇ ਸੋਸ਼ਲ ਮੀਡੀਆ ਦੀ ਗੱਲ ਹੋਵੇ ਚਾਹੇ ਉਹ ਕਿਸੇ ਵੀ ਥਾਂ ਦੀ ਗੱਲ ਹੋਵੇ ਹੈਨਾ ਮੈਨੂੰ ਇਹ ਨਹੀਂ ਸਮਝ ਆਉਂਦੀ ਹੁੰਦੀ ਵੀ ਕੀ ਮਿਲਦਾ ਹਮ ਇਨਸਾਨ ਦਾ ਕਿਰਦਾਰ ਕਿ ਮੈਂ ਹਮੇਸ਼ਾ ਇਹ ਗੱਲ ਕਹਿਣੀ ਹੁੰਦੀ ਆ ਕੋਈ ਕਿਸੇ ਦੇ ਬਾਬਤ ਕੁਝ ਵੀ ਕਵੇ ਜੇਕਰ ਤੁਸੀਂ ਸ਼ੀਸ਼ੇ ਮੂਹਰੇ ਖੜ ਕੇ ਆਪਣੀਆਂ ਨਜ਼ਰਾਂ ਨਾਲ ਨਜ਼ਰਾਂ ਮਿਲਾ ਸਕਦੇ ਹੋ ਕੋਈ ਫਰਕ ਨਹੀਂ ਪੈਂਦਾ ਬਹੁਤ ਹੋਰ ਲੋਕਾਂ ਦਾ ਕੰਮ ਕਹਿਣਾ ਹੀ ਹੁੰਦਾ ਤੇ ਉਹ ਕਹਿੰਦੇ ਹੀ ਰਹਿਣਗੇ ਜੇ ਤੁਸੀਂ ਸਹੀ ਹੋ ਤੁਹਾਡੇ ਅੰਦਰ ਇਹਨੂੰ ਪਤਾ ਤੁਸੀਂ ਸਹੀ ਹੋ ਤੋ ਕੋਈ ਕੁਛ ਵੀ ਕਵੇ ਬਿਲਕੁਲ ਸਹੀ ਗੱਲ ਆਪ ਦੇ ਆਪ ਨੂੰ ਕਦੇ ਉੱਤਰ ਦੇ ਕੇ ਦੇਖੀਏ ਕਿ ਭਾਈ ਮੈਂ ਕਿੱਥੇ ਜੇ ਸਹੀ ਹਾਂ ਤੇ ਮੈਂ ਕਿੱਥੇ ਜੇ ਗਲਤ ਹਾਂ ਜੇਕਰ ਅਸੀਂ ਗੰਦ ਨਹੀਂ ਪਾਉਂਦੇ ਜੇਕਰ ਅਸੀਂ ਸੱਚ ਬੋਲਦੇ ਹਾਂ ਜੇਕਰ ਅਸੀਂ ਇਮਾਨਦਾਰ ਹਾਂ ਜੇਕਰ ਸਮਾਜ ਪ੍ਰਤੀ ਜ਼ਿੰਮੇਵਾਰੀ ਵਾਲੀ ਭੂਮਿਕਾ ਦਾ ਕਰਦੇ ਹਾਂ ਜੇਕਰ ਦੂਜੇ ਨੂੰ ਦੇਖ ਕੇ ਸਾਡਾ ਅੰਦਰਾਂ ਪਸੀਜਦਾ ਹੈ ਜੇਕਰ ਅਸੀਂ ਕਿਸੇ ਨੂੰ ਗਲਤ ਰਾਏ ਨਹੀਂ ਭਵਾਉਂਦੇ ਜਿਵੇਂ ਅਸੀਂ ਗੁਰੂ ਦੇ ਦੱਸੇ ਹੋਏ ਮੁਤਾਬਕ ਚੱਲਦੇ ਹਾਂ ਜੇਕਰ ਅਸੀਂ ਗੁਰਬਾਣੀ ਨੂੰ ਆਪਣੇ ਮਨ ਮੰਦਰ ਦੇ ਵਿੱਚ ਵਸਾ ਕੇ ਉਹਦੇ ਮੁਤਾਬਕ ਹੀ ਕਦਮ ਅੱਗੇ ਵਧਾਉਂਦੇ ਹਾਂ ਤੇ ਫਿਰ ਤਾਂ ਠੀਕ ਹੈ ਤਾਂ ਇਕੱਲੇ ਲੰਬੇ ਦਰਨੇ ਬੰਦ ਕਰੋ ਬਿਲਕੁਲ ਸਮਾਜ ਗੰਦਾ ਹੈ ਹੂੰ ਸਿਆਸੀ ਪਾਰਟੀਆਂ ਦਾ ਸਾਰਗਾ ਮਾੜੀਆਂ ਹਨ ਕਦੇ ਵੀ ਇਸ ਦੇਸ਼ ਦੇ ਵਿੱਚ ਇਸ ਥਾਂ ਦੇ ਉੱਤੇ ਕੁਝ ਨਹੀਂ ਹੋ ਸਕਦਾ ਅਸੀਂ ਕੀ ਕਰੀਏ ਜਿਉਂ ਜਮੇ ਹਾਂ ਇਉਂ ਹੀ ਹਾਂ ਵੀ ਇਉਂ ਹੀ ਹਾਂ ਇਉਂ ਹੀ ਹਾਂ ਇਉਂ ਹੀ ਹਾਂ ਇਹ ਬਦਲੋ 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 ਆਪ ਬਦਲੋ ਤੇ ਉਹ ਵੀ ਬਦਲਣਗੇ ਹੂੰ ਉਹ ਬਦਲਣਾਂ ਅਸੀਂ ਵੀ ਬਦਲ ਗਏ ਬਦਲਾ ਸਾਰੇ ਪਾਸੇ ਹੋਣਾ ਚਾਹੀਦਾ ਟੀਮ ਵਰਕ ਹੁੰਦਾ ਇਹ ਤੁਹਾਨੂੰ ਇਕੱਠੇ ਹੋ ਕੇ ਸਾਰਿਆਂ ਨੂੰ ਕੰਮ ਕਰਨਾ ਪੈਂਦਾ ਇਹ ਨਹੀਂ ਕਿ ਕੱਲਾ ਇੱਕ ਪਾਸਾ ਕੰਮ ਕਰਦਾ ਰਹੇ ਤੇ ਦੂਜਾ ਸਿਰਫ ਉਲਾਮਾ ਹੀ ਦਿੰਦਾ ਰਹੇ ਜਾਂ ਦੂਜਾ ਸਿਰਫ ਕੰਮ ਕਰਦਾ ਰਹੇ ਤੇ ਪਹਿਲਾ ਸਿਰਫ ਉਲਾਮਾ ਦਿੰਦਾ ਰਹੇ ਨਹੀਂ ਗੱਡੀ ਜਿਹੜੀ ਹੈ ਸਾਰੇ ਪਹੀਆਂ ਦੇ ਨਾਲ ਹੀ ਚੱਲਦੀ ਹੈ ਕਦੇ ਨਹੀਂ ਹੁੰਦਾ ਕੋਈ ਅੱਗੇ ਪਹੀਆ ਨਿਕਲ ਗਿਆ ਤੇ ਕੋਈ ਪਿੱਛੇ ਹੈ ਬਿਲਕੁਲ ਸਹੀ ਆ ਵੀ ਹਾਜ਼ਰ ਹੈ ਜੰਝ ਦਾ ਵੀ ਚਾਹ ਹਰਮਨਜੀ ਵੇਲੇ ਸਰ ਦਫ਼ਤਰ ਆ ਜਾ ਕਰੋ ਸਾਢੇ 1:6 ਪੌਣੇ 7 ਵਜੇ ਤੱਕ ਪਹੁੰਚ ਜਾ ਕਰੋ ਜੀ ਹਾਂਜੀ ਹਾਂਜੀ ਸਾਢੇ 6:30 ਵਜੇ ਤੱਕ ਕਿਹੜਾ ਟਾਈਮ ਸਾਢੇ 7 ਵਜੇ ਤਾਂ ਆਪਾਂ ਕੰਮ ਸ਼ੁਰੂ ਕਰਦਿਆ ਕਰਨਾ ਕਿਉਂ ਟਹਿਣਾ ਸਾਢੇ 7 ਵਜੇ ਕੰਮ ਸ਼ੁਰੂ ਕੀਤਾ 2 ਵਜੇ ਨੂੰ ਕਰ ਆਪਾਂ ਸਰਕਾਰੀ ਦਫਤਰ 'ਚ ਨਹੀਂ ਕੰਮ ਕਰਦੇ ਕਿਉਂ ਇਹ ਸਮਾਂ ਸਾਰ ਨਹੀਂ ਸਰਕਾਰੀ ਦਫਤਰਾਂ ਲਈ ਲਾਗੂ ਹੋਇਆ ਤਾਂ ਤੁਹਾਨੂੰ ਨਹੀਂ ਲੱਗਦੀ ਨਹੀਂ ਲੱਗਦੀ ਹੈ ਗਰਮੀ ਸਾਢੇ ਵਕਤ ਹੈ ਨਹੀਂ ਲੱਗਦੀ ਹੈ ਤੇ ਫਿਰ ਅਸੀਂ ਵੀ ਐਂ ਕਰਾਂਗੇ ਨਹੀਂ ਨਹੀਂ ਟਹਿਣਾ ਸਾਡੇ ਸਾਥਕਾਂ ਨੂੰ ਇਹ ਗੱਲ ਕਹਨੇ ਆ ਕਿ ਵੇਲੇ ਸਿਰ ਉੱਠਿਆ ਕਰੋ ਹੁਣ 5:30 ਵਜੇ ਇੱਥੇ ਉੱਠੇ ਹੋਵੋ ਹਾਂ ਕੈਮਰੇ ਕੂਮਰੇ ਫਿੱਟ ਕੀਤੇ ਹੋਣ ਜੀ ਨਹੀਂ ਠੀਕ ਹੈ ਤੁਹਾਡੀ ਗੱਲ ਪਰ ਹਰ ਇੱਕ ਦਫ਼ਤਰ ਦੇ ਵਿੱਚ ਇਸ ਹਿਸਾਬ ਨਾਲ ਕੰਮ ਨਹੀਂ ਹੋ ਸਕਦਾ ਪੰਜਾਬ ਦੀ ਸਰਕਾਰ ਨੇ ਗੱਲ ਕਹੀ ਹੈ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਕੰਮ ਕਾਜ ਦਾ ਸਮਾਂ ਬਦਲ ਦਿੱਤਾ ਜੀ 2 ਮਈ ਤੋਂ 15 ਜੁਲਾਈ ਤੱਕ ਦੇ ਲਈ ਸਮਾਂ ਸਾਰਣੀ ਜਾਰੀ ਕਰ ਦਿੱਤੀ ਹੈ ਸਹੀ ਕਿਹਾ ਸਵੇਰੇ 7:30 ਵਜੇ ਦਫ਼ਤਰ ਲੱਗਿਆ ਕਰਨਗੇ ਸਰਕਾਰੀ ਦਫ਼ਤਰ ਹਾਂਜੀ ਤੇ ਇਹ 2 ਵਜੇ ਤੱਕ ਦਾ ਸਮਾਂ ਹੋਇਆ ਕਰੂਗਾ ਜੀ ਲੋਕ ਵੇਲੇ ਸਿਰ ਆਇਆ ਕਰਨ ਤੇ ਅਧਿਕਾਰੀ ਵੇਲੇ ਸਰ ਕੰਮ ਕਰਕੇ ਜਾਇਆ ਕਰਨ ਬਿਲਕੁਲ ਉਹਨਾਂ ਨੇ ਇਹ ਗੱਲ ਕਹਤੀ ਆ ਹੁਣ ਪੱਤਰਕਾਰਾਂ ਨੇ ਸਵਾਲ ਕੀਤਾ ਉਹ ਕਹਿੰਦੇ ਵੀ ਇਹਦਾ ਫਾਇਦਾ ਕੀ ਹੋਊਗਾ ਹੂੰ ਤਾਂ ਉੱਤਰ ਅਗੋਏ ਮਿਲਿਆ ਵੀ ਪੰਜਾਬ ਦੇ ਵਿੱਚ ਇਹਨਾਂ ਰੁੱਤਾਂ ਦੇ ਵਿੱਚ ਇਹਨਾਂ ਮਹੀਨਿਆਂ ਦੇ ਵਿੱਚ ਗਰਮੀ ਲੋੜਿਆਂ ਦੀ ਹੁੰਦੀ ਆ ਜੀ ਸਰਕਾਰੀ ਦਫ਼ਤਰਾਂ 'ਚ ਏਸੀ ਵੀ ਚੱਲਦੇ ਆ ਪੱਖੇ ਵੀ ਚੱਲਦੇ ਆ ਕੂਲਰ ਵੀ ਚੱਲਦੇ ਆ ਲਾਟੂ ਵੀ ਜਗਦੇ ਆ ਤੇ ਜੇਕਰ 2 ਵਜੇ ਤੋਂ ਬਾਅਦ ਅਧਿਕਾਰੀ ਤਾਲੇ ਲਾ ਕੇ ਤੇ ਘਰਾਂ ਨੂੰ ਜਾਇਆ ਕਰਨਗੇ ਤੇ ਫਿਰ ਦਫਤਰ ਦੇ ਏਸੀ ਵੀ ਬੰਦ ਹੋ ਜਾਣਗੇ ਦਫਤਰ ਦਾ ਪੱਖਾ ਕੁਲਰ ਵੀ ਬੰਦ ਹੋ ਜਾਊਗਾ ਦਫਤਰ ਦੇ ਵਿੱਚ ਬਿਜਲੀ ਦੀ ਖਪਤ ਘਟਜੂਗੀ ਉਹਦੇ ਨਾਲ ਬਿਜਲੀ ਵਿਭਾਗ ਦੇ ਉੱਤੇ ਬੋਝ ਘਟੂਗਾ अच्छा जी ਉਹਨਾਂ ਨੇ ਇਹ ਗੱਲ ਉੱਤਰ ਦਿੱਤਾ ਜੀ ਉਹ ਕਹਿੰਦੇ ਵੀ ਬਾਹਰਲੇ ਮੁਲਕਾਂ ਦੇ ਵਿੱਚ ਵੀ ਤਾਂ ਹੁੰਦਾ ਹੀ ਆ ਸੂਰਜ ਦੀ ਰੋਸ਼ਨੀ ਦੇ ਵੱਧ ਤੋਂ ਵੱਧ ਵਰਤੋਂ ਕਰਨ ਦੇ ਲਈ ਤੇ 1 ਘੰਟੇ ਦਾ ਸਮਾਂ 6 ਮਹੀਨਿਆਂ ਬਾਅਦ ਅੱਗੇ ਜਾਂ ਪਿੱਛੇ ਕਰ ਦਿੱਤਾ ਜਾਂਦਾ ਤੇ ਉਸੇ ਤਰੀਕੇ ਦੇ ਨਾਲ ਆਪਾਂ ਸਮਾਂ ਬਦਲ ਲਿਆ ਚਮੜੀ ਗੱਲ ਕਰਨੀ ਹੈ ਨਹੀਂ ਬਿਲਕੁਲ ਸਹੀ ਹੈ ਚਲੋ ਇਹ ਉਹਨਾਂ ਦਾ ਪੱਖ ਹੋਊਗਾ ਜੇ ਉਹਨਾਂ ਨੇ ਗੱਲਾਂ ਕੀਤੀਆਂ ਪਰ ਜਣਾ ਸਾਬ ਮੈਂ ਕਈ ਵਾਰੀ ਸੋਚਦੀ ਹਣੀ ਅੱਜ ਕੱਲ ਤਾਂ ਵੈਸੇ ਵੀ ਲੋਕਾਂ ਦੇ ਵਿੱਚ ਜਾਗਰੂਕਤਾ ਬਹੁਤ ਜ਼ਿਆਦਾ ਆ ਰਹੀ ਹੈ ਸੋਲਰ એનર્ਜੀ ਜਿਹੜੀ ਪਲੇਟਾਂ ਲੱਗਦੀਆਂ ਨੇ ਸੋਲਰ ਵਾਲੀਆਂ ਉਹਨਾਂ ਨੂੰ ਲੈ ਕੇ ਸੋ ਮੈਂ ਕਈ ਵਾਰੀ ਸੋਚਦੀ ਹੁੰਨੀ ਆ ਹੋ ਜਿਹੜੀਆਂ ਇਮਾਰਤਾਂ ਨੇ ਪੂਰੇ ਪੰਜਾਬ ਦੇ ਵਿੱਚ ਕੀ ਉਹਨਾਂ ਸਾਰਿਆਂ ਦੇ ਉੱਪਰ ਉਹ ਸੋਲਰ ਵਾਲੀਆਂ ਪਲੇਟਾਂ ਨਹੀਂ ਲੱਗ ਸਕਦੀਆਂ ਲੱਗਣੀਆਂ ਚਾਹੀਦੀਆਂ ਬਹੁਤ ਸਾਰੀਆਂ ਥਾਵਾਂ ਤੇ ਲੱਗ ਰਹੀਆਂ ਬਹੁਤ ਸਾਰੀਆਂ ਥਾਵਾਂ ਤੇ ਲੱਗੜੀਆਂ ਬਾਕੀ ਆ ਹੁਣ ਤਾਂ ਸੋਲਰ ਵਾਲੀਆਂ ਮੋਟਰਾਂ ਵੀ ਲੱਗਣੀਆਂ ਸ਼ੁਰੂ ਹੋ ਗਈਆਂ ਤੁਸੀਂ ਬਿਲਕੁਲ ਇੱਕ ਇੱਕ ਪਿੰਡ ਦੇ ਵਿੱਚ ਕਈ ਕਈ ਦਰਜਣ ਕਿਸਾਨਾਂ ਨੇ ਆਪਣੀਆਂ ਸੋਲਰ ਵਾਲੀਆਂ ਮੋਟਰਾਂ ਲਵਾਈਆਂ ਤੇ ਵਧੀਆ ਗੱਲ ਆ ਵੀ ਪਾਈ ਅਸੀਂ ਸੂਰਜੀ ਊਰਜਾ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਪਰ ਗੱਲ ਇਹ ਆ ਵੀ ਇਹਦੇ ਨਾਲ ਸ਼ਾਇਦ ਜਿਹੜਾ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਿਆ ਦੋ ਤਰੀਕ ਤੋਂ ਤੇ ਉਹਦੇ ਵਿੱਚ ਮੈਨੂੰ ਲੱਗਦਾ ਜੀ ਕਿ ਆਮ ਲੋਕਾਂ ਨੂੰ ਵੀ ਸ਼ਾਇਦ ਮਾੜੀ-ਮੁੱਟੀ ਰਾਹਤ ਮਿਲੇ। ਕਿਉਂਕਿ ਜੇਕਰ ਬੰਦਾ 11-12 1 ਵਜੇ ਜਾਂਦਾ ਹੂੰ ਤੇ ਉਹ ਸਵੇਰੇ ਵੇਲੇ ਸਰ ਨਿਕਲੂਗਾ ਹੂੰ ਠੰਡੇ-ਠੰਡੇ ਆਪਦਾ ਕੰਮ ਕਰਵਾਉਣ ਦੇ ਲਈ ਸਰਕਾਰੀ ਦਫ਼ਤਰ ਦੇ ਵਿੱਚ ਪਹੁੰਚੂਗਾ ਇਹਦੇ ਦੂਰ ਰਸੀ ਨਤੀਜੇ ਕੀ ਨਿਕਲਣਗੇ ਵਕਤ ਦੱਸੂਗਾ ਪਰ ਪਹਿਲਾ ਪ੍ਰਭਾਵ ਇਹਦੇ ਬਾਰੇ ਇਹੀ ਆ ਵੀ ਚੰਗਾ ਹੋਊਗਾ। ਜੀ ਬਿਲਕੁਲ ਸ਼ਾਇਦ ਹੀ ਚੰਗਾ ਹੋਊਗਾ। ਜੀ ਇਹ ਤਾਂ ਚਲੋ ਸਮਾਂ ਬਿਆਨ ਕਰ ਦੂਗਾ ਕੀ ਹੁੰਦਾ ਕੀ ਨਹੀਂ ਪਰ ਉਹ ਜਿਹੜਾ ਇੱਕੋ ਬਹਾਨਾ ਹੁੰਦਾ ਕਿ ਲੰਚ ਟਾਈਮ ਤੋਂ ਬਾਅਦ ਆਇਓ ਉਹ ਵੀ ਸ਼ਾਇਦ ਖਤਮ ਹੋ ਜਾਵੇ। ਬਿਲਕੁਲ ਤੇ ਬੇਨਤੀ ਆ ਸਾਰੇ ਹੀ ਸਰਕਾਰੀ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਵੀ ਕੰਮ ਖਿੱਚ ਕੇ ਰੱਖਿਓ ਜੇਕਰ ਲੋਕ ਆਉਂਦੇ ਘਰਾਂ ਦੇ ਵਿੱਚੋਂ ਚੱਲ ਕੇ ਤਾਂ ਉਹਨਾਂ ਨੂੰ ਐਵੇਂ ਕਤਾਰ ਦੇ ਵਿੱਚ ਨਹੀਂ ਖੜਾਉਣਾ ਚਾਹੀਦਾ ਬਹੁਤ ਸਾਰੇ ਇਮਾਨਦਾਰੀ ਨਾਲ ਵੀ ਕੰਮ ਕਰਦੇ ਆ ਪਰ ਕਈ ਜਿਹੜੇ ਮੇਰੇ ਅੱਗੇ ਤਾਸ਼ ਤੂਸ਼ ਖੜਦੇ ਰਹਿੰਦੇ ਆ ਵੀ ਆਉਣੇ ਆ ਚੱਲਾਂਗੇ ਤਾਂ ਪਹੁੰਚਾਂਗੇ ਆਉਣੇ ਯਾਰ ਇੱਧਰ ਗੱਲ ਕਰ ਲਈ ਉੱਧਰ ਕਰ ਲਈ ਭਾਈ ਚਾਹ ਪੀ ਲਈਏ ਚਾਹ ਪੀ ਲਈਏ ਉਹ ਫੋਨ ਆ ਗਿਆ ਭੂਆ ਦਾ ਐਦਾਂ ਦੀਆਂ ਗੱਲਾਂ ਤੋਂ ਵਿਗਰੇਜ ਕਰਿਓ ਤੇ ਬਾਕੀ ਇਹ ਵੀ ਜਿਹਨੇ ਤਾਂ ਹਰਮਨ ਜੀ ਆਉਣਾ ਨਾ ਹੂੰ ਉਹਨੂੰ 9 ਵਜੇ ਕੀ ਤੇ ਉਹਨੂੰ 7:30 ਕੀ ਹਾਂ ਉਨੇ ਤਾਂ ਆਈ ਜਾਣਾ ਜੀ ਬਿਲਕੁਲ ਆਲਾਰਮੀ ਲਾਉਣਾ ਘੰਟਾ ਪਹਿਲਾਂ ਦਾ ਲਾ ਲਓ 2 ਘੰਟੇ ਪਹਿਲਾਂ ਦਾ ਨਾ ਗੱਲ ਇਹ ਹੈ ਨਾ ਕਿੱਥੇ 5 ਵਜੇ ਤੱਕ ਦਫ਼ਤਰ 'ਚ ਬਹਿਣਾ ਪੈਣਾ ਸੀ ਕਿੱਥੇ ਹੁਣ 2 ਵਜੇ ਛੁੱਟੀ ਵੀ ਤਾਂ ਹੋ ਰਹੀ ਆ ਕਹਿੰਦਾ ਹੁਣ ਦਾ ਸਮਾਂ ਨਾ ਵੇਖੀਏ ਜਾਣ ਦਾ ਵੀ ਸਮਾਂ ਆਪਾਂ ਵੇਖੀਏ ਬਿਲਕੁਲ ਤੇ ਇੱਕ ਬੇਨਤੀ ਮੇਰੀ ਹੋਰ ਆ ਕੀ ਵੀ ਅਸੀਂ ਵੀ ਕਿਸੇ ਦੇ ਧੀਆਂ ਪੁੱਤ ਹਾਂ ਹਾਂਜੀ ਸਾਡਾ ਵੀ ਸਮਾਂ ਬਦਲੋ ਅੱਛਾ ਅਸੀਂ ਵੀ ਵੇਲੇ ਸੜਾ ਸਕਦੇ ਹਾਂ ਅਸੀਂ ਵੀ ਵੇਲੇ ਤੇ ਜਾ ਸਕਦੇ ਹਾਂ ਅਸੀਂ ਉਸ ਤੋਂ ਵੀ ਪਹਿਲਾਂ ਜਾ ਸਕਦੇ ਹਾਂ ਬਿਲਕੁਲ ਸਹੀ ਹੈ ਇਹ ਬੜੀ ਸਮੇਂ ਦੀ ਮੰਗਾ ਹਾਂ ਵੀ ਭਾਈ ਪਿੱਤ ਸਾਡੇ ਵੀ ਨਿਕਲਦੀ ਹੈ ਗਰਮੀ ਸਾਨੂੰ ਵੀ ਲੱਗਦੀ ਹੈ ਆਪਣੇ ਹਮਾਰੇ ਵੀ ਪੜਦਾ ਹੈ ਮਛਰ हमको भी ਖਾਤਾ ਹੈ ਹਾਂ ਤੇ ਫਿਰ ਨੌਕਰੀ ਕੋਈ ਹੋਰ ਕਰਨੀ ਸੀ ਕਿਉਂ ਕਿ ਪੱਤਰਕਾਰਤਾ ਦੇ ਵਿੱਚ ਕੋਈ ਸਮਸਾਰਨੀ ਨਹੀਂ ਹੁੰਦੀ ਬੜੀ ਸਿਆਣੀ ਗੱਲ ਕੀਤੀ ਸ਼ੁਕਰੀਆ ਇਸੇ ਖੁਸ਼ੀ ਦੇ ਵਿੱਚ ਹਾਂਜੀ ਤੁਸੀਂ ਅੱਜ ਮੈਨੂੰ ਸਲਾਦ ਖਵਾਉਂਗੇ ਨਹੀਂ ਨਹੀਂ ਸਿਆਣੀ ਗੱਲ ਮੈਂ ਕੀਤੀ ਮੈਨੂੰ ਖਵਾਉਣੀ ਚਾਹੀਦੀ ਹੈ ਜੀ ਜਿੰਨਾ ਵੱਡੋਂਗੇ ਨਾ ਸਿਆਣਪ ਨੂੰ ਇਹ ਓਨੀ ਵੱਧੂਗੀ ਤੇ ਧੰਨਵਾਦ ਕਰੋ ਮੇਰਾ ਅੱਜਕੱਲ ਸਿਆਣਪ ਨੂੰ ਕਬੂਲਦਾ ਕੌਣ ਆ ਇਹ ਵੀ ਗੱਲ ਸਹੀ ਹੈ ਤੁਸੀਂ ਸਿਆਣੀ ਗੱਲ ਕੀਤੀ ਮੈਂ ਇਹ ਗੱਲ ਕਹੇ ਵੀ ਤੁਸੀਂ ਸਿਆਣੀ ਗੱਲ ਕੀਤੀ ਇਹ ਤਾਂ ਹਰ ਬੰਦਾ ਕਹਿੰਦਾ ਮੇਰੇ ਨਾਲੋਂ ਸਿਆਣਾ ਕੌਣ ਬਿਲਕੁਲ ਸਹੀ ਅੱਜ ਤਾਂ ਸਲਾਦ ਬਣਦੀ ਹੈ ਮਿਹਰਬਾਨੀ ਲੋ ਆ ਵੀ ਹਾਜ਼ਰ ਹੈ ਚੰਚੀ ਦਾ ਵੀ ਚਾਹ ਹਰਮਨ ਜੀ ਬੈਂਡ ਵਾਜੇ ਵੱਜ ਰਹੇ ਆ ਅੱਛਾ ਜੀ ਵੀਰ ਕੀ ਵਿਆਹਣ ਚੱਲਿਆ ਚੱਲ ਰਿਹਾ ਮੈਂ ਵੀ ਐ ਪੂਰਾ ਨਾਗਨ ਡਾਂਸ ਚੱਲ ਰਿਹਾ ਮੁੰਮੇ ਪੈ ਪੈ ਕੇ ਮੂੰਚਰ ਮਾਲ ਪਾ ਪਾ ਕੇ ਨੱਚ ਟਪਰੇ ਆ ਹਾਂ ਅਚਾਨਕੀ ਮਾਹੌਲ ਬਦਲ ਗਿਆ ਕਿਉਂ ਟਾਣਾ ਸਾਹਿਬ ਗੱਲਾਂ ਇਹੋ ਜਿਹੀਆਂ ਹੋ ਗਈਆਂ ਪਿਛੋਕਸ਼ ਨਾ ਮਿਲਨੀ ਦੀ ਗੱਲ ਹੋਣੀ ਐ ਉਹ ਕੰਬਲਾਂ ਪਿੱਛੇ ਲੜਾਈ ਨਹੀਂ ਹੋਈ ਤੇ ਮੇਰੀ ਇੱਕ ਬੇਨਤੀ ਆ ਸਿਆਲਾਂ ਦੇ ਵਿੱਚ ਜਦੋਂ ਕਿਸੇ ਨੂੰ ਕੋਈ ਸਨਮਾਨਤ ਕਰਦਾ ਉਹ ਉਹਨੂੰ ਲੋਈ ਦਿੰਦਾ ਹਾਂ ਮੰਨਿਆ ਵੀ ਪਾਈ ਠੰਡ ਹੁੰਦੀ ਬੰਦਾ ਬੁੱਕਲ ਮਾਰ ਲੈਂਦਾ ਹਾਂ ਗਰਮੀ ਚ ਲੋਈ ਕੀ ਕਰਨੀ ਤਾਂ ਪਾੜ ਖੜਾ ਗਰਮੀ ਤੇ ਸਾਨੂੰ ਏਸੀ ਦਿਆ ਕਰੋ ਗਰਮੀ ਚ ਕੂਲਰ ਦਿਓ ਹਾਂ ਤਾਂ ਦੁਨੀਆ ਦਾ ਸਭ ਤੋਂ ਛੋਟਾ ਏਸੀ ਪਤਾ ਕਿਹੜਾ ਨਵਰਤਨ ਤੇਲ ਦੇ ਅਦਰਮੀ ਕੂਲ ਹਾਂ ਮੈਨੂੰ ਨਹੀਂ ਚਾਹੀਦਾ ਉਹ ਮੈਂ ਆਪੇ ਲੈ ਲੂੰ ਜੀ ਹਾਂ ਠੀਕ ਹੈ ਪਰ ਅਗਲੀ ਗੱਲ ਇਹ ਆ ਵੀ ਭਾਈ ਉਥੇ ਖੁਸ਼ੀਆਂ ਨਾ ਜੜੀਆਂ ਉਹ ਮੈਂ ਨਾ ਲੱਦੀਆਂ ਪਈਆਂ ਸੀ ਤੇ ਵਿਆਹ ਹੈ ਵੀਰਜੀ ਦਾ ਵਿਆਹ ਹੈ ਭੈਣਜੀ ਦਾ ਵਿਆਹ ਹੈ ਤੇ ਖੁਸ਼ੀਆਂ ਤਾਂ ਲੱਦੀਆਂ ਹੀ ਹੋਣਗੀਆਂ ਮੈਂ ਨਾ ਵੀ ਲਾੜੇ ਦੇ ਦੋਸਤਾਂ ਨੇ ਜਿਹੜੇ ਸਾਥੀ ਉਹ ਐਨਕ ਨਹੀਂ ਸੀ ਲਾਉਂਦੇ ਮੈਂ ਨਤਾਨੂ ਖੜੇ ਰੜੇ ਵਾਲ ਐ ਕਰਕੇ ਚੱਕਵੇਂ ਜੇ ਤੇ ਕੁੜੀ ਦੀਆਂ ਸਹੇਲੀਆਂ ਨੇ ਵੀ ਪੂਰੀ ਟੌਰ ਕੱਢੀ ਹੋਣੀ ਐ ਮੈਂ ਉਸ ਸਾਲ ਗਾਣੇ ਨਾਕਾ ਲਾਇਆ ਉੱਤੇ ਲਿਖਿਆ ਵੈਲਕਮ ਜੀਜਾ ਜੀ ਆਏ ਹਾਏ ਹਾਏ ਮੁੰਡੇ ਦੇ ਰੀਬਨ ਰੂਬਨ ਕੱਟਿਆ ਸਾਰਾ ਕੁਝ ਹੋ ਗਿਆ ਲਾਵਾਂ ਹੋ ਗਈਆਂ ਹਾਂ ਵਿਆਹਣ ਤੈਨੂੰ ਆਉ ਚੰਨੀ ਐ ਲੈ ਕੇ ਕਾਰ ਰੀਬਨਾ ਵਾਲੀ ਅਚਾਨਕ ਉੱਥੇ ਗੱਲਾਂ ਦੋ ਚਾਰ ਇਹੋ ਜੀਆਂ ਹੋਗੀਆਂ ਅੱਛਾ ਜੀ ਤੇ ਬਾਅਦ ਵਿੱਚ ਪਲੇਟੈਕ ਦੇ ਜਿਹਦੇ ਮੂੰਹ ਵਲਾਈਆਂ ਗੇਮ ਖੇਡਦੇ ਸੀ ਨਾ ਨਾ ਗੇਮ ਨਹੀਂ ਸੀ ਖੇਡਦੇ ਫਿਰ ਕੋਈ ਖੇਡਾ ਨਹੀਂ ਹੁੰਦਿਆ ਰਸਗੁੱਲੇ ਨਹੀਂ ਮਿਲੇ ਓਏ ਇਦਾਂ ਦੀ ਗੱਲ ਵੀ ਨਹੀਂ ਚੋਰੀਆਂ ਘਟ ਗਈਆਂ ਪੂਰੀ ਗੱਲ ਤਾਂ ਸੁਣਿਆ ਕਰੋ ਲਓ ਜੀ ਇਧਰੋਂ ਪਲੇਟ ਜਾ ਰਹੀ ਆ ਇਹਨੂੰ ਉਧਰੋਂ ਪਲੇਟ ਆ ਰਹੀ ਆ ਇਹਨੂੰ ਐਨੇ ਵੇਲੇ ਸੀ ਇਹ ਕਿਉਂਕਿ ਇਹਦੇ ਵਿੱਚ ਲਾਲਚ ਆ ਗਿਆ ਕੀ ਹੋਇਆ ਲਓ ਜੀ ਕਹਿੰਦੇ ਅਬੋਹਰ ਦੇ ਵਿੱਚ ਬਰਾਤ ਆਈ ਸੀ ਤੇ ਫਾਜ਼ਲ ਕਤੋਂ ਚੱਲ ਕੇ ਆਈ ਸੀ ਲਾਏ ਗਏ ਦੋਸ਼ਾਂ ਦੇ ਮੁਤਾਬਕ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਵੀ ਜਦੋਂ ਲਾਵਾ ਹੋ ਗਈਆਂ ਤੇ ਮੁੰਡੇ ਵਾਲਿਆਂ ਨੇ ਕਹਿਤਾ ਵੀ ਭਾਈ ਕਾਰ ਲੈਣੀ ਆ ਅੱਛਾ ਜੀ ਇੱਕ ਮੁੰਡੇ ਦੇ ਗੱਲ ਵਾਸਤੇ ਸੁਣਣ ਦੀ ਚੀਨ ਲੈਣੀ ਆ ਅੱਛਾ ਉਹ ਕਹਿੰਨੇ ਵੀ ਨਹੀਂ ਸਾਥ ਉਹ ਨਹੀਂ ਦਿੱਤੀ ਜਾਣੇਗੀ ਇਦਾਂ ਹੋ ਨਹੀਂ ਸਕਦਾ ਉਹ ਕਹਿੰਨੇ ਵੀ ਤਾਂ ਲੈ ਕੇ ਜਾਵਾਂਗੇ ਕੁੜੀ ਨੂੰ ਜੇਕਰ ਤੁਸੀਂ ਆ ਸਮਾਨ ਦਿਓਗੇ ਉਹ ਕਹਿੰਨੇ ਵੀ ਗੱਲ ਪਹਿਲਾਂ ਹੋਈ ਨਹੀਂ ਸੀ ਉਹ ਕਹਿੰਦੇ ਹੋਈ ਹੋਵੇ ਨਾ ਹੋਈ ਹੋਵੇ ਇਸ ਦਾ ਘਾਰ ਲੈਣੀ ਲੈਣੀ ਆ ਲਓ ਜੀ ਉਸ ਤੋਂ ਬਾਅਦ ਤੂ ਤੂ ਮੈਂ ਮੈਂ ਹੋ ਗਈ ਤੂ ਤੂ ਮੈਂ ਮੈਂ ਤਬਰ ਚਪੜੋ ਚਪੜੀ ਵਾਲਾ ਕੰਮ ਹੋ ਗਿਆ ਤੇ ਫਿਰ ਉੱਥੇ ਪਲੇਟਾਂ ਚੱਲੀਆਂ ਫਿਰ ਉੱਥੇ ਮੁਕੇ ਚੱਲੇ ਫਿਰ ਚੱਪਲਾਂ ਚੱਲੀਆਂ ਫਿਰ ਇੱਕ ਤੂੰ ਜਿਹੜਾ ਕੁੱਤੇ ਬੇਬੇ ਕੁੱਟੇ ਹੈਂ ਹਾਂਜੀ ਫਿਰ ਗੱਲ ਪੁਲਿਸ ਕੋਲੇ ਪਹੁੰਚ ਗਈ ਆ ਜੇਕਰ ਲਾਇਗੇ ਦੋਸ਼ ਸੱਚੇ ਨੇ ਮੈਂ ਫੇਰ ਕਹਿੰਦੀ ਜੇਕਰ ਇਹ ਦੋਸ਼ ਸੱਚੇ ਨੇ ਟਾਣਾ ਸਾਹਿਬ ਤੇ ਫੇਰ ਤਾਂ ਇਹਨਾਂ ਨੂੰ ਸੱਚੀ ਲੰਮੇ ਪਾਪਾ ਕੁੱਟਣਾ ਚਾਹੀਦਾ ਹਾਂ ਕਿਉਂਕਿ ਹੱਦ ਹੁੰਦੀ ਹੈ ਕਿਸੇ ਚੀਜ਼ ਦੀ ਵੀ ਤੁਸੀਂ ਕੁੜੀ ਤੋਂ ਕਿਉਂ ਭਾਲਦੇ ਹੋ ਇਹ ਵੀ ਕੁੜੀ ਗੱਡੀ ਵੀ ਲੈ ਕੇ ਆਵੇ ਚੰਨੀ ਵੀ ਲੈ ਕੇ ਆਵੇ ਕਿਉਂ ਬਈ ਆਪਣਾ ਮੁੰਡਾ ਇਸ ਕਾਬਲ ਬਣਾਓ ਨਾ ਤੁਸੀਂ ਅਸੀਂ ਇਹ ਨਹੀਂ ਕਹਿੰਦੇ ਵੀ ਲਾਇਗੇ ਦੋਸ਼ ਸਾਰੇ ਸਹੀ ਹੋਣਗੇ ਬਿਲਕੁਲ ਸਹੀ ਇਹ ਪਤਾ ਨਹੀਂ ਪੜਤਾਲ ਦਾ ਵਿਸ਼ਾ ਹੋਊਗਾ ਜੀ ਇੱਕ ਇਹਦਾ ਦੂਸਰਾ ਪੱਖ ਇਹ ਵੀ ਹੈ ਟਾਣਾ ਸਾਹਿਬ ਕਿ ਜਿਹੜੇ ਲੋਕ ਸਿਰਫ ਤੇ ਸਿਰਫ ਜ਼ਮੀਨ ਵੇਖ ਕੇ ਹੀ ਕੁੜੀ ਨੂੰ ਵਿਆਹਉਂਦੇ ਨੇ ਕਿ ਇੰਨੀ ਜ਼ਮੀਨ ਹੋਣੀ ਚਾਹੀਦੀ ਐ ਇੰਨੀ ਉਹ ਵੀ ਗਲਤ ਆ ਤੁਸੀਂ ਮਿਹਨਤ ਕਾਸ਼ ਆਪਣਾ ਬੱਚਾ ਬਣਾਓ ਤਾਂ ਜੋ ਦੋਵੇਂ ਜਿਹੜੇ ਰਲ ਕੇ ਆਪਣਾ ਭਵਿੱਖ ਜਿਹੜਾ ਉਹਨੂੰ ਸੁਨਹਿਰੀ ਬਣਾ ਸਕਣ ਹੈ ਨਾ ਕੱਲਾ ਦਾਜ ਜਿਹੜਾ ਆਪਾਂ ਉਹਦੇ ਬਾਬਤ ਹਮੇਸ਼ਾ ਗੱਲ ਕਰਦੇ ਆ ਵੀ ਦਾਜ ਮੰਗਣਾ ਤੇ ਦਾਜ ਦੇਣਾ ਜਿਹੜਾ ਦੋਵੇਂ ਪਾਪ ਨੇ ਤੇ ਦੂਸਰੇ ਬੰਨੇ ਇੱਕ ਜੇਕਰ ਚੰਗਾ ਮੁੰਡਾ ਹੈ ਚੰਗਾ ਪੜਿਆ ਲਿਖਿਆ ਹੈ ਮਿਹਨਤੀ ਨੌਜਵਾਨ ਹੈ ਤਾਂ ਉਹਦਾ ਰਿਸ਼ਤਾ ਇਸ ਕਰਕੇ ਠੁਕਰਾ ਦੇਣਾ ਵੀ ਇਹਦੇ ਪ ਦੋਵੇਂ ਹੀ ਚਾਹੀਦੇ ਆ ਜੀ ਇਹ ਨਹੀਂ ਵੀ ਮੁੰਡਾ ਤਾਂ ਮਿੱਟੀ ਦੇ ਨਾਲ ਮਿੱਟੀ ਹੋ ਕੇ ਰਵੇ ਮੁੰਡਾ ਬਹੁਤ ਘਮਾਵੇ ਤਾਂ ਕੁੜੀ ਮੇਰੇ ਨਾਲ ਨੇਲ ਮੇ ਆਟਾ ਫਸ ਜਾਂਦਾ ਹੈ ਨਾ ਜੇ ਫਸ ਜਾਂਦਾ ਹੈ ਤਾਂ ਉਹ ਨਿਕਲਦਾ ਨਹੀਂ ਮੈਂ ਤਾਂ ਨੇਲ ਆਰਟ ਕਰਾਇਆ ਹੁਆ ਹਾਂ ਮੈਂ ਰੋਟੀ ਨਹੀਂ ਬਣਾ ਸਕਤੀ ਐਦਾਂ ਨਹੀਂ ਹੁੰਦਾ ਉਹ ਫਿਰ ਘਰ ਦੇ ਵੀ ਕਹਿਣਗੇ ਇਹ ਤਾਂ ਜੀ ਅਸੀਂ ਲਾਡਲੀ ਵਾਲੀ ਰੱਖੀ ਤੇ ਉਹ ਘਰੋਂ ਕੱਢਿਆ ਇਹ ਦੋਵੇਂ ਪਾਸੇ ਗੱਲ ਲਾਗੂ ਹੁੰਦੀ ਉਹ ਵੀ ਲਾਡਲਾ ਹਾਂ ਇਹ ਵੀ ਲਾਡਲੀ ਦੋਵੇਂ ਲਾਡਲੇ ਇਕੱਠੇ ਕਰਨ ਲੱਗਿਆ ਆਪਾਂ ਦੋਵੇਂ ਹੀ ਸਿਆਣੇ ਚਾਹੀਦੇ ਆ ਦੋਵੇਂ ਹੀ ਸੁਹਰਦੇ ਚਾਹੀਦੇ ਆ ਦੋਵੇਂ ਹੀ ਮਿਹਨਤੀ ਚਾਹੀਦੇ ਆ ਅਸੀਂ ਇਹੋ ਜਿਹਾ ਪਰਿਵਾਰ ਵੀ ਦੇਖੇ ਜਿੱਥੇ ਕਿ 20 25 25 30 30 ਕਿੱਲੇ ਮੁੰਡੇ ਨੂੰ ਆਉਂਦੇ ਸੀ ਪਰ ਬਾਅਦ ਦੇ ਵਿੱਚ ਉਹ ਗਲਤ ਸੰਗਤ ਦੇ ਵਿੱਚ ਪੈ ਗਿਆ ਉਹਨਾਂ ਸਾਰੀ ਚੱਕਤੀ ਬਿਲਕੁਲ ਸਹੀ ਤੇ ਇਹੋ ਜਿਹੇ ਵੀ ਮੁੰਡੇ ਹੈਗੇ ਆ ਜਿਨ੍ਹਾਂ ਦੇ ਕੋਲੇ ਕਿੱਲਾ ਦੋ ਕਿੱਲੇ ਸੀ ਪਰ ਉਹਨਾਂ ਨੇ ਬਹੁਤ ਕੁਝ ਬਣਾਇਆ ਬਾਅਦ ਵਿੱਚ ਕਿਉਂਕਿ ਉਹ ਮਿਹਨਤੀ ਆ ਸੋ ਇਸ ਕਰਕੇ ਭਾਈ ਲਾਲਚ ਨਾ ਕਰਗੇ ਪਰ ਜੇਕਰ ਕੋਈ ਦਾਜ ਮੰਗੇ ਨਾ ਕੋਈ ਮੁੰਡੇ ਆਲੇ ਦਾਜ ਮੰਗਣ ਉਹ ਕਹਿੰਨ ਕਾਰ ਚਾਹੀਦੀ ਆ ਤੇ ਕੁੜੀ ਵਾਲੇ ਕਿਆ ਕਰਨ ਪੈਟਰੋਲ ਪੰਪ ਹੈਗਾ ਤੁਹਾਡੇ ਕੋਲੇ ਹਾਂ ਤੇਲ ਉਥੋਂ ਪੋਣਾ ਕੁੜੀ ਵੀ ਰਾਣੀ ਹਾਰ ਨਾਲ ਹੀ ਮੰਗ ਲਵੇ ਫਿਰ ਵੀ ਕਾਰ ਤਾਂ ਜਾਊਗੀ ਜੇ ਰਾਣੀ ਹਾਰ ਪਹਿਲਾਂ ਮੇਰੇ ਗੱਲ 'ਚ ਪਾ ਦਿਓ ਲੋੜ ਹੀ ਨਹੀਂ ਗੱੜ ਤਾਂ ਵਿਚਾਰਾਂ ਨਹੀਂ ਤੇ ਵਿਚਾਰ ਮੁੱਲ ਨਹੀਂ ਆਉਂਦੇ ਇਹ ਨਾ 8 ਲੱਖ ਦੇ ਵਿਚਾਰ ਆਉਣ ਤੇਰਾ 10 ਲੱਖ ਦੇ ਨਿਭਣੀ ਵਿਚਾਰਾਂ ਨਾਲ ਹੈ ਬਿਲਕੁਲ ਉਹ ਵੀ ਹਾਜ਼ਰ ਹੈ ਚੰਚੀ ਦਾ ਵੀ ਚਾਹ ਹਰਮਨ ਜੀ ਨੇ ਤਾਂ ਉਹੀ ਟੰਡ 'ਚ ਕੰਨਾ ਹੂੰ ਅਮਰਤਪਾਲ ਸਿੰਘ ਕਹਾਂ ਗਿਆ ਅਮਰਤਪਾਲ ਸਿੰਘ ਯਹਾਂ ਗਿਆ 23 ਦਿਨ ਹੋ ਗਏ ਅਮਰਤਪਾਲ ਸਿੰਘ ਨੂੰ ਗਾਇਬ ਹੋਇਆ ਤਿੰਨਾਂ ਦਿਨਾਂ ਦੇ ਵਿੱਚ ਕੁਛ ਨਹੀਂ ਪਤਾ ਲੱਗਾ ਵੀ ਅਮਰਤਪਾਲ ਸਿੰਘ ਕਿੱਥੇ ਆ। ਜੀ ਬਿਲਕੁਲ। ਕਈ ਲੋਕ ਇਹ ਗੱਲ ਕਹਿੰਦੇ ਵੀ ਸਭ ਨੂੰ ਪਤਾ ਜਿੱਥੇ ਹੈ। ਕਈ ਲੋਕ ਇਹ ਗੱਲ ਕਹਿੰਦੇ ਵੀ ਯਾਰ ਜਦੋਂ ਅਮਰਤਪਾਲ ਸਿੰਘ ਖੁਦ ਕਹਿੰਦਾ ਕਿ ਮੈਂ ਨਹੀਂ ਫੜਿਆ ਗਿਆ ਤੇ ਫਿਰ ਗੱਲ ਕਿਹੜੀ ਹੈ? ਹੁਣ ਤੱਕ 5000 ਦੇ ਕਰੀਬ ਪੁਲਿਸ ਮੁਲਾਜ਼ਮ ਜੀ ਵੱਖ-ਵੱਖ ਸੂਬਿਆਂ ਦੇ ਵਿੱਚ ਕਹਿੰਦੇ ਵੀ ਪੜਤਾਲ ਦੇ ਉੱਤੇ ਲਾਏ ਹੋਏ ਆ। ਜੀ 150 ਦੇ ਕਰੀਬ ਕਹਿੰਦੇ ਵੀ ਬਸ ਅੱਡਾ ਛਾਣ ਮਾਰਿਆ। 300 ਤੋਂ ਵੱਧ ਕਹਿੰਦੇ ਵੀ ਡੇਰੇ ਛਾਣ ਮਾਰੇ ਆ ਤੇ ਅਮਰਤਪਾਲ ਸਿੰਘ ਬਾਰੇ ਇੱਕ ਨੈਸ਼ਨਲ ਮੀਡੀਆ ਤੇ ਨਵੀਂ ਖਬਰ ਆਈ ਜਾਵੇ। ਓਕੇ ਜੀ ਹਾਂ ਹਾਂਜੀ ਇਹ ਕੋਈ ਫਿਲਮ ਚੱਲਦੀ ਪਈ ਆ ਉਹ ਨਵੀਂ ਗੱਲ ਕੱਢ ਮਾਰੀ ਕਹਿੰਦੇ ਪਲਾਸਟਿਕ ਸਰਜਰੀ ਦੇ ਜ਼ਰੀਏ ਆਪਣਾ ਮੁਹਾਂਦਰਾ ਬਦਲ ਲੇਤਾ ਹੈ ਹੂੰ ਉਸ ਦਾ ਚਿਹਰਾ ਬਿਲਕੁਲ ਔਰ ਬਣ ਗਿਆ ਹੈ ਹੂੰ ਉਸ ਨੇ ਐਸੇ ਐਸੇ ਕਰਵਾ ਲਿਆ ਹੋਗਾ ਉਹ ਕੋਲੋਂ ਹੀ ਬਣਾ ਕੇ ਨਾ ਪਿੰਨ ਜੀ ਐ ਜੇ ਬਣਾਈ ਜਾਣ ਉੱਤੇ ਕਹਿੰਦੇ ਵੀ ਐਸੇ ਬਣ ਗਿਆ ਹੋਗਾ ਤੇ ਤੁਸੀਂ ਸਾਰੇ ਫਿਰ ਉੱਥੇ ਜਾ ਕੇ ਸੀਆਈਡੀ 'ਚ ਭਰਤੀ ਕਿਉਂ ਨਹੀਂ ਹੁੰਦੇ ਵੀ ਜੇ ਤੁਹਾਨੂੰ ਇੰਨਾ ਕੁਝ ਪਤਾ ਤਾਂ ਮੇਰੀ ਬੇਨਤੀ ਆ ਵੀ ਜਿਹੜੇ ਆਪੇ ਬਣੇ ਖੋਜੀ ਆ ਨਾ ਜਿਹੜੇ ਸਾਡੇ ਨੈਸ਼ਨਲ ਮੀਡੀਆ ਵਾਲੇ ਇਹ ਸਾਰੇ ਜਣੇ ਪੁਲਿਸ ਦੇ ਵਿੱਚ ਤੇ ਵਕ ਵਕ ਏਜੰਸੀਆਂ 'ਚ ਭਰਤੀ ਹੋ ਜਾਣਗੇ ਕਿਉਂਕਿ ਉਹਨਾਂ ਨੂੰ ਤਾਂ ਪਹਿਲਾਂ ਹੀ ਪਤਾ ਹੁੰਦਾ ਵੀ ਐਸੇ ਹੋ ਗਿਆ ਹੋਗਾ। ਹਾਂ। ਪੂਰੀ ਨਾ ਜਿੱਦਾਂ ਇੱਕ ਫਿਲਮ ਚੱਲ ਰਹੀ ਹੁੰਦੀ ਹੈ ਜਣਾ ਸਭ ਆਪਾਂ ਫਿਲਮਾਂ 'ਚ ਵੇਖਦੇ ਹਾਂ ਇੱਕ ਬੰਦਾ ਆ ਪਹਿਲਾਂ ਇੱਕ ਉਹ ਛੋਟਾ ਜਿਹਾ ਬੱਚਾ ਉਹ ਭਜ ਜਾਂਦਾ ਭਜਦਾ ਜਵਾਨ ਹੋ ਗਿਆ ਹੈ ਨਾ ਫਿਰ ਉਹਦੀ ਮਾਂ ਹੀ ਨਹੀਂ ਉਹਨੂੰ ਪਛਾਣਦੀ ਵੀ ਇਹ ਮੇਰਾ ਹੀ ਪੁੱਤ ਸੀ ਜਾਂ ਇੱਕ ਬੰਦਾ ਜਿਹੜਾ ਇੱਕ ਕਤਲ ਕਰਕੇ ਆਇਆ ਇੱਕ ਮੁਲਕ ਦੇ ਵਿੱਚ ਦੂਜੇ ਮੁਲਕ 'ਤੇ ਜਾ ਕੇ ਉਹਦੀ ਸ਼ਕਲ ਇੱਕਦਮ ਬਦਲ ਜਾਂਦੀ ਹੈ ਹੈ ਨਾ ਜਾਂ ਕੋਈ ਕਿਸ ਤੋਂ ਬਦਲਾ ਲੈਣ ਗਿਆ ਉਹਦੀ ਸ਼ਕਲ ਇੱਕਦਮ ਬਦਲ ਗਈ ਇਹ ਫਿਲਮੀ ਗੱਲਾਂ ਨੇ। ਹੂੰ। ਅਸਲੀਅਤ ਹੋਰ ਹੁੰਦੀ ਹੈ ਫਿਲਮੀ ਗੱਲਾਂ ਹੋਰ ਹੁੰਦੀਆਂ ਨੇ ਠੀਕ ਹੈ ਇਹ ਗੱਲ ਵਾਜਬ ਹੈ ਕਿ ਅੱਜ ਹਰ ਬੰਦਾ ਇਹ ਜਾਨਣਾ ਚਾਹੁੰਦਾ ਹੈ ਕਿ ਆਖਰਕਾਰ ਅਮਰਿਤ ਪਾਲਸੰਗ ਕਿੱਥੇ ਹੈ ਕੀ ਬਣਾਓ ਸਾਰੇ ਮਾਮਲੇ ਦਾ ਪਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਜੋ ਤੁਹਾਡੇ ਮਨ ਦੇ ਵਿੱਚ ਆਉਂਦਾ ਕਦੇ ਤਸਵੀਰਾਂ ਬਦਲ ਦਿੰਨੇ ਹੋ ਕਦੇ ਕੋਈ ਗੱਲ ਕਹਿ ਦਿੰਨੇ ਹੋ ਕਦੇ ਕੋਈ ਤਸਵੀਰ ਸਾਹਮਣੇ ਆਂਦੀ ਕਦੇ ਕੁਛ ਕਦੇ ਕੁਛ ਵੀ ਤੁਸੀਂ ਗੁੰਮਰਾਹ ਕਿਉਂ ਕਰ ਰਹੇ ਹੋ ਲੋਕਾਂ ਨੂੰ ਤੇ ਅਗਲੀ ਗੱਲ ਇਹ ਵੀ ਗਿਆਨੀ ਹਰਪ੍ਰੀਤ ਸਿੰਘ ਹਰਾਨੇ ਕਿਹਾ ਵੀ ਭਾਈ ਮੀਡੀਆ ਵੀ ਗਲਤ ਅਫਵਾਹ ਨਾ ਫਲਾਵੇ ਬਿਲਕੁਲ ਸਹੀ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਜਿਹੜਾ ਅਸੀਂ 12 ਤੇ 13 ਤਰੀਕ ਦਾ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਵਿੱਚ ਸਮਾਗਮ ਰੱਖਿਆ ਇਹਦੇ ਬਾਰੇ ਵੀ ਮੀਡੀਆ ਦੇ ਕੁਝ ਕੰਗਾ ਦੇ ਵੱਲੋਂ ਐਵੇਂ ਝਰਮ ਭਲੇਖੇ ਪੈਦਾ ਕੀਤੇ ਜਾ ਰਹੇ ਆ ਕਿ ਅਮਰਤਪਾਲ ਨੇ ਇੱਥ ਤੇ মিডিਆ ਦੇ ਵੱਲੋਂ ਆਹ ਗੱਲ ਭਾਈ ਨਾ ਪ੍ਰਚਾਰੀ ਜਾਵੇ ਪਹਿਲਾਂ ਕਹਿੰਦੇ ਸੀ ਵੀ ਜਿਸ ਦਿਨ ਪੱਤਰਕਾਰਾਂ ਨੇ ਹਾਲਚਲ ਪੁੱਛਿਆ ਤੇ ਉਸ ਦਿਨ ਕਹਿੰਦੇ ਵੀ ਇੱਥੇ ਆ ਕੇ ਉਹਨੇ ਆਤਮ ਸਮਰਪਨ ਕਰਨਾ ਉਹ ਕਹਿੰਦੇ ਇਹੋ ਜੀ ਕੋਈ ਗੱਲ ਨਹੀਂ ਇਹ ਸਮਾਗਮ ਹੁੰਦੇ ਰਹੇ ਹਨ ਵਿਸਾਖੀ ਦੇ ਮੱਦੇਨਜ਼ਰ ਸਮਾਗਮ ਹੋਊਗਾ ਇਹ ਹਰ ਗੱਲ ਨੂੰ ਇਹਦਾ ਜੋੜਿਆ ਨਾ ਜਾਵੇ ਉਹਨਾਂ ਨੇ ਨਾ ਉੱਥੇ ਬੋਲਦਿਆਂ ਨੇ ਇੱਕ ਟੀਵੀ ਚੈਨਲ ਦੀ ਗੱਲ ਵੀ ਕੀਤੀ ਜੀ 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 ਉਹ ਕਹਿੰਦੇ ਵੀ ਇੱਕ ਟੀਵੀ ਚੈਨਲ ਦੇ ਤੇ ਹੁਣ ਵੀ ਚੱਲੀ ਜਾਂਦਾ ਮਿਸ਼ਨ ਏਪੀ ਔਰ ਆਗਿਆ ਜਥੇਦਾਰ ਉਹ ਕਹਿੰਦੇ ਮੈਂ ਤਾਂ ਵੈਸੇ ਹੀ ਇੱਥੇ ਆ ਮੇਰਾ ਮਿਸ਼ਨ ਏਪੀ ਨਾਲ ਕੀ ਸੰਬੰਧ ਅਜ ਪਤਾ ਨਹੀਂ ਕਿਉਂ ਟਾਣਾ ਸਾਹਿਬ ਨੈਸ਼ਨਲ মিডিਆ ਕਿਤੇ ਨਾ ਕਿਤੇ ਆਪਾਂ ਪਹਿਲਾਂ ਵੀ ਦੇਖਦੇ ਰਹੇ ਹਾਂ ਜਦੋਂ ਕਿਸਾਨੀ ਸੰਘਰਸ਼ ਦੀ ਚਾਹੇ ਗੱਲ ਕਰ ਲਈਏ ਜਾਂ ਵੈਸੇ ਵੀ ਜਦੋਂ ਕਿਤੇ ਪੰਜਾਬ ਦੀ ਗੱਲ ਆਉਂਦੀ ਹੈ ਪਤਾ ਨਹੀਂ ਉਹਨਾਂ ਨੂੰ ਕੀ ਹੋ ਜਾਂਦਾ ਕਿਹੋ ਕਿਹੋ ਜੀਆਂ ਖਬਰਾਂ ਕਿਹੋ ਕਿਹੋ ਜੀਆਂ ਗੱਲਾਂ ਕਿਹੋ ਕਿਹੋ ਜੇ ਲਫ਼ਜ਼ ਉਹਨਾਂ ਦੇ ਮੂੰਹੋਂ ਕੱਢੇ ਜਾਂਦੇ ਐ ਵੀ ਜਿਵੇਂ ਪੰਜਾਬ ਭਾਰਤ ਦਾ ਹਿੱਸਾ ਹੀ ਹੈ ਨਹੀਂ ਆ ਪੰਜਾਬੀਆਂ ਦੇ ਨਾਲ ਪਤਾ ਨਹੀਂ ਕਿਹੜੀ ਉਹਨਾਂ ਦੀ ਲਾਗ ਦਾਟ ਜੀ ਐ ਵੀ ਜਿਹੜੀ ਉਹ ਲਫ਼ਜ਼ਾਂ ਰਾਹੀ ਇੰਨੀ ਆਗੂਗਲਦੇ ਨੇ ਇੰਨੀ ਆਗੂਗਲਦੇ ਨੇ ਵੀ ਪਤਾ ਹੀ ਨਹੀਂ ਲੱਗਦਾ ਮੇਰੀ ਉਹਨਾਂ ਚੈਨਲਾਂ ਵਾਲਿਆਂ ਨੂੰ ਬੇਨਤੀ ਆ ਤੁਹਾਨੂੰ ਸਿੱਖ ਦਸਤਾਰ ਧਾਰੀ ਲੋ ਸੋਹਣੀਆਂ ਦਸਤਾਰਾਂ ਸਜਾਉਣ ਵਾਲੇ ਲੋਕ ਅੱਤਵਾਦੀ ਨਜ਼ਰ ਆਉਂਦੇ ਆ ਤੁਹਾਨੂੰ ਲੰਗਰ ਲਾਉਂਦੇ ਨਜ਼ਰ ਨਹੀਂ ਆਉਂਦੇ ਜੀ ਤੁਹਾਨੂੰ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਾ ਕੇ ਦਿਨ ਰਾਤ ਕਿਰਤ ਕਮਾਈ ਕਰਕੇ ਤੇ ਪੰਜਾਬ ਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਂਦੇ ਨਹੀਂ ਦਿਸਦੇਗੇ ਜੀ ਨਾਲੇ ਟੈਣਾ ਸਾਹਿਬ ਕਈ ਵਾਰ ਤਾਂ ਦੁਨੀਆ ਦੇ ਉਹ ਕੋਨਿਆਂ ਦੇ ਬਾਰੇ ਚ ਅਸੀਂ ਸੁਣਿਆ ਵੀ ਨਹੀਂ ਹੁੰਦਾ ਜਿੱਥੇ ਸਾਡੇ ਸਿੱਖ ਭਾਈਚਾਰੇ ਦੇ ਲੋਕ ਜਿਹੜੇ ਆ ਅੱਗੇ ਹੋ ਕੇ ਲੋਕਾਂ ਦੀ ਮਦਦ ਕਰਦੇ ਨੇ ਉੱਥੇ ਜਾ ਕੇ ਉਹ ਆਪਣੇ ਅਸਲ ਸਿੱਖ ਹੋਣ ਦਾ ਸਬੂਤ ਦਿੰਦੇ ਨੇ ਕਿਰਦਾਰਾਂ ਦੇ ਵਿੱਚ ਭਾਵੇਂ ਵਿਗਾੜ ਕੁਝ ਹੱਦ ਤੱਕ ਆਇਆ ਸਮੁੱਚੀ ਕਮਿਊਨਿਟੀ ਹਰ ਪਾਈਚਾਰੇ ਚ ਆਇਆ ਹਰ ਪਾਈਚਾਰੇ ਚ ਆਇਆ ਪਰ ਨੈਸ਼ਨਲ ਮੀਡੀਆ ਜਿੰਨਾ ਗ੍ਰਾਫਟ ਨਹੀਂ ਆਈ ਕਿਸੇ ਚ ਨਹੀਂ ਆਈ ਉਹਦੇ ਕਰਨਾਰ ਜਿੰਨਾ ਗ੍ਰਾਫਟ ਕਿਤੇ ਨਹੀਂ ਆਈ ਇਹਨਾਂ ਵਿਗਾੜ ਨਹੀਂ ਆਇਆ ਸੋ ਮੇਰੀ ਬੇਨਤੀ ਆ ਵੀ ਭਾਈ ਸਾਰਾ ਹੀ ਮੀਡੀਆ ਚੰਗਾ ਹੋਵੇ ਤੇ ਸਾਰੇ ਹੀ ਦਰਸ਼ਕ ਸਰੋਤੇ ਚੰਗੇ ਹੋਣ ਤੇ ਆਵਾਮ ਸਾਰੇ ਹੀ ਚੰਗਾ ਹੋਵੇ ਜੀ ਸ਼ਾਂਤੀ ਹੋਵੇ ਪਰ ਜ਼ਿੰਮੇਵਾਰੀ ਇਨ ਬਾਈ ਕੀ ਬਿਲਕੁਲ ਸਹੀ ਆਦੀ ਹਾਜ਼ਰ ਹੈ ਚੰਚੀ ਦਾ ਵੀ ਚਾ ਪ੍ਰਾਇਮੇਸ਼ਾ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਚਾਜ ਦਾ ਵਿਚਾਰ ਵੇਖ ਰਹੇ ਹੋ ਤੁਸੀਂ ਮੈਂ ਹਰਮਨ ਥਿੰਦ ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਤੇ ਹੁਣ ਅਗਲੀਆਂ ਖਬਰਾਂ ਵੱਲ ਵਧੀਏ ਟੈਣਾ ਸਰ ਮੇਰੇ ਨਾਲ ਮੰਦੇ ਵਿੱਚ ਉਹੀ ਇੱਕ ਗੱਲ ਪੁਰਾਣੀ ਆ ਜਾਂਦੀ ਕਿ ਮਾਇਆ ਹੁੰਦੀ ਨਾਗਣੀ ਜਿਹੜੇ ਇਹ ਗੱਲ ਕਹਿੰਦੇ ਨੇ ਇਹੀ ਗੱਲ ਕਹਿਣ ਦਾ ਉਹ ਲੱਖਾਂ ਰੁਪਈਆ ਲੈਂਦੇ ਨੇ ਹਾਂ ਮਾਇਆ ਨਾਗਣੀ ਹੁੰਦੀ ਆ ਜੀ ਇਹ ਗੱਲ ਬਚਪਨ ਤੋਂ ਸਮਝਾਈ ਜਾਂਦੀ ਆ ਪਰ ਜਿਨ੍ਹਾਂ ਨੇ ਇਹ ਸਮਝਾਇਆ ਉਹਨਾਂ ਨੇ ਕਿੰਨੀ ਕਿ ਤਿਆਗੀ ਆ ਅੱਜ ਦੀ ਤਰੀਕੇ ਦੇ ਵਿੱਚ ਨਵੇਂ ਪ੍ਰਸੰਗ ਦੇ ਵਿੱਚ ਇਹ ਦੱਸੋ ਜੀ ਬਿਲਕੁਲ ਸਹੀ ਮਾਇਆ ਤੋਂ ਦੂਰ ਕਫਨ ਦੇ ਜੇਬ ਨਹੀਂ ਹੁੰਦੀ ਬੰਦੇ ਨੇ ਲੈ ਕੀ ਜਾਣਾ ਰੋਲਾ ਤਾਂ ਚਾਰ ਰੋਟੀਆਂ ਦਾ ਹੀ ਹੈ ਆ ਬੰਦੇ ਦਾ ਸਰੀਰ ਆ ਜਿਹੜਾ ਇਹ ਤੰਦਰੁਸਤ ਹੋਣਾ ਚਾਹੀਦਾ ਹੈ ਬੜੀਆਂ ਸੋਹਣੀਆਂ ਗੱਲਾਂ ਇਹ ਪਰ ਆਪਾਂ ਇਹਦੇ ਵਿੱਚੋਂ ਕਿੰਨਿਆਂ ਦੇ ਉੱਤੇ ਅਮਲ ਕਰਦੇ ਸਿਰਫ ਆਪੋ ਆਪਣੇ ਖਿਆਲ ਦੱਸਿਓ ਜਾਂ ਆਪਦੇ ਆਪ ਨੂੰ ਸਵਾਲ ਕਰਿਓ ਨਾਲੇ ਸਭ ਤੋਂ ਵੱਡੀ ਗੱਲ ਇਹ ਚਾਣਾ ਸਾਹਿਬ ਇਹ ਕਿਸੇ ਇੱਕ ਕਮਿਊਨਿਟੀ ਦੀ ਕਿਸੇ ਇੱਕ ਭਾਈਚਾਰੇ ਦੀ ਗੱਲ ਨਹੀਂ ਹੋ ਰਹੀ ਕਿਸੇ ਵੀ ਭਾਈਚਾਰੇ ਦੀ ਤੁਸੀਂ ਗੱਲ ਕਰ ਲਓ ਅੱਜ ਇਹਨਾਂ ਬੂ ਬਣਿਆ ਨੇ ਅੱਜ ਲੋਕਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਮੈਂ ਕਹਿਣੀ ਹੁੰਦੀ ਆ ਕਿ ਗਲਤ ਰਾਹ ਦੇ ਉੱਪਰ ਪਾਇਆ ਹੋਇਆ ਕਿਉਂਕਿ ਅ ਬੰਦਾ ਜਿਹੜਾ ਮੈਨੂੰ ਇਹ ਲੱਗਦਾ ਹੁੰਦਾ ਰੱਬ ਤੱਕ ਪਹੁੰਚਣ ਲਈ ਕੋਈ ਏਜੰਟ ਦੀ ਲੋੜ ਥੋੜੀ ਹੈ ਆਪਾਂ ਕਿਸੇ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਕਿਸੇ ਮੁਲਕ ਦੇ ਵਿੱਚ ਥੋੜੀ ਜਾਣਾ ਜਿਹੜਾ ਸਾਨੂੰ ਏਜੰਟ ਚਾਹੀਦਾ ਕੋਈ ਸਮਝਾਉਣ ਵਾਲਾ ਚਾਹੀਦਾ ਰੱਬ ਜਿੰਨਾ ਇਹਨਾਂ ਏਜੰਟਾਂ ਦਾ ਹੈ ਉਹਨਾਂ ਸਾਡਾ ਵੀ ਹੈ ਇਹ ਨਹੀਂ ਆ ਵੀ ਰੱਬ ਉਹਨਾਂ ਬਾਬਿਆਂ ਦੇ ਜ਼ਿਆਦਾ ਨੇੜੇ ਹੈ ਤੇ ਸਾਡੇ ਘੱਟ ਨੇੜੇ ਹੈ ਅਸੀਂ ਸਾਰੇ ਉਸ ਮਾਲਕ ਦੇ ਬੱਚੇ ਹਾਂ ਤੇ ਅਸੀਂ ਸਾਰੇ ਆਪੋ ਆਪਣੇ ਹਿਸਾਬ ਨਾਲ ਉਸ ਮਾਲਕ ਨੂੰ ਧਿਆ ਸਕਦੇ ਹਾਂ ਚਾਹੇ ਰੱਬ ਅੰਦਰ ਹੈ ਅਸੀਂ ਉਹਦੀ ਪਛਾਣ ਕਰੀਏ ਤੇ ਅਗਲੀ ਗੱਲ ਇਹ ਆ ਵੀ ਰਾਦੇ ਸ਼ਾਮ ਨਾਂ ਦਾ ਇੱਕ ਆਪੇ ਬਣਿਆ ਬਾਬਾ ਆਇਆ ਆਪੇ ਬਣਿਆ ਗੁਰੂ ਆਇਆ ਹਮ ਇਸ ਬੰਦੇ ਦੇ ਉੱਤੇ ਨੌ ਸੂਬਿਆਂ ਦੇ ਵਿੱਚ ਜੀ 50 ਦੇ ਕਰੀਬ ਪਰਚੇ ਦਰਜਾ ਵੱਖ-ਵੱਖ ਥਾਂ ਦੇ ਠੱਗੀ ਦੇ ਮਾਮਲੇ 'ਚ ਬੰਦੇ ਨੇ ਰਿਕਾਰਡ ਤੋੜਤੇ ਹਾਂਜੀ ਲਗਭਗ 3000 ਕਰੋੜ ਰੁਪਏ ਦੀ ਠੱਗੀ ਦੇ ਦੋਸ਼ਾ ਇਹਦੇ ਉੱਤੇ ਹਮ ਇਹਨੇ ਫਿਊਚਰ ਮੇਕਰ ਕੰਪਨੀ ਬਣਾਈ ਜੀ ਉਹਦੇ ਵਿੱਚ ਮਾਂਜਿਆ ਲੋਕਾਂ ਨੂੰ ਚੰਗਾ ਜਿਵੇਂ ਕਿ ਪਰਲਜ਼ ਕੰਪਨੀ ਦੇ ਨਾਂ ਦੇ ਉੱਤੇ ਲੱਗਾ ਨਾ ਕਿ ਕੜੀ ਚ ਕੜੀ ਬਣਾਓ ਕੜੀ ਚ ਇੰਨੇ ਮੈਂਬਰ ਬਣਾਓ ਇੰਨੇ ਮੈਂਬਰ ਬਣਾਓ ਇੰਨੇ ਮੈਂਬਰ ਬਣਾਓ ਉਹਦੇ ਵਿੱਚੋਂ ਕਮਿਸ਼ਨ ਲਓ ਤੁਹਾਨੂੰ ਆ ਮਿਲ ਜੂ ਤੁਹਾਨੂੰ ਆ ਮਿਲ ਜੂ ਇਹਨੇ ਲੋਕਾਂ ਨੂੰ ਐਵੇਂ ਮਾਂਜਿਆ ਜੀ ਤੇ 4 ਸਾਲ ਤੇ ਕੁਝ ਮਹੀਨੇ ਜੇਲ੍ਹ ਦੇ ਵਿੱਚ ਰਹਿ ਕੇ ਆਇਆ ਤੇ ਜੇਲ੍ਹ ਦੇ ਵਿੱਚੋਂ ਬਾਹਰ ਆ ਕੇ ਬਣ ਗਿਆ ਬਾਬਾ ਤੇ ਕਹਿੰਦਾ ਮਾਇਆ ਨਾਗਣੀ ਹੈ ਜੋ ਤੁਹਾਡੇ ਕੋਲੇ ਹੈ ਉਹਦੇ 'ਚ ਹੀ ਸੰਤੁਸ਼ਟ ਰਹੋ ਤੁਸੀਂ ਉਹਦੇ ਵਿੱਚ ਸੰਤੁਸ਼ਟ ਕਿਉਂ ਨਹੀਂ ਰਹਿੰਦੇ ਹਾਂ ਇਥੋਂ ਲੈ ਕੇ ਜਾਣਾ ਇਸ ਸੰਸਾਰ ਤੋਂ ਹੂੰ ਇਸ ਪਦਾਰਥਵਾਦ ਦੇ ਨਾਲ ਜੁੜ ਕੇ ਤੁਸੀਂ ਖਟਿਆ ਕੀ ਹੈ ਹੂੰ ਇਸ ਪਿਆਰੇ ਬ੍ਰਹਿਮੰਡ ਤੋਂ ਕੁਝ ਸਿੱਖੋ ਜਨਾਬ ਸਾਹਿਬ ਬਾਬਾ ਤੁਸੀਂ ਸਿੱਖਦੇ ਤੋਂ ਕੁਝ ਸਿੱਖੋ ਤੁਸੀਂ ਵੀ ਬਾਬਾ ਬਣ ਸਕਦੇ ਲੋਕ ਤੁਹਾਨੂੰ ਇਹ ਗੱਲ ਕਰੀ ਜਾਂਦਾ ਤੇ ਲੋਕਾਂ ਕੋਲ ਪਤਾ ਕੀ ਕਹਿੰਦੇ ਵੀ ਗੱਲ ਤੇਰੀ ਮੰਨੀ ਪਰ ਸਾਡੇ ਪੈਸੇ ਤਾਂ ਮੁੜਦੇ ਹਾਂ ਨਹੀਂ ਪਰ ਮੈਂ ਜੋ ਕਹਿ ਰਹੀ ਹਾਂ ਤੁਸੀਂ ਵੀ ਬਾਬਾ ਬਣ ਸਕਦੇ ਮੈਂ ਨਹੀਂ ਬਣਦਾ ਫਤਲ ਸੋਨੇ ਕਰ ਲੈਣੇ ਹੋ ਨਹੀਂ ਮੈਨੂੰ ਮੇਰਾ ਹਾਸਾ ਨਿਕਲ ਜਾਣਾ ਬਿਲਕੁਲ ਸਹੀ ਕਹਿ ਚਲੋ ਇਸ ਬਾਬੇ ਦੀ ਆਪਾਂ ਗੱਲ ਕਰਦੇ ਆ ਫਿਊਚਰ ਮੇਕਰ ਕੰਪਨੀ ਦਾ ਚੇਅਰਮੈਨ ਇਹ ਇਹ ਸਤਵੀਂ ਫੇਲ ਐ ਅਸਲ ਦੇ ਵਿੱਚ ਰਣਾ ਸਾਹਿਬ ਤੇ ਇਹ ਤੁਸੀਂ ਵੇਖੋ ਕਿ ਇਹ ਬੰਦਾ ਇੰਦਾ ਚਲਾਕ ਐ ਇੰਨਾ ਚਲਾਕ ਐ ਕਿ ਇਹਨੇ ਕਹਿੰਦੇ ਐ ਕਿ ਇਹ ਜਿਹੜਾ ਬਣਾਇਆ ਸੀ ਨਾ ਕੜੀ ਚ ਕੜੀ ਜੋੜੋ ਕੜੀ ਚ ਕੜੀ ਜੋੜੋ ਇਹਦੇ ਵਿੱਚ ਇਹਨੇ ਕਹਿੰਦੇ ਵੀ ਇੱਕ ਸਕੀਮ ਜੀ ਚਲਾਈ ਸੀ ਪੈਸਿਆਂ ਦੀ ਜਿਹਦੇ ਵਿੱਚ ਪੈਸੇ ਜਮਾ ਕਰਾਓ ਤੇ ਅੱਗੇ ਦੱਸਦਾ ਹੁੰਦਾ ਸੀ ਵੀ ਤੁਹਾਨੂੰ ਇਹੇ ਇਹ ਫਾਇਦੇ ਹੋਣਗੇ 7000 ਰੁਪਇਆ ਜਾਂ 7200 ਰੁਪਇਆ ਇਹ ਕਹਿੰਦਾ ਸੀ ਮੈਂਬਰਸ਼ਿਪ ਦਾ ਦਿਓ ਤੇ 2500 ਰੁਪਇਆ ਤੁਹਾਨੂੰ ਵਾਪਸ ਆ ਜਾਊਗਾ ਤੇ ਉਹ ਦਵਾਈਆਂ ਜਾਂ ਕੱਪੜੇ ਤੁਸੀਂ ਲੈ ਲਓ ਤੇ ਜੇਕਰ ਤੁਸੀਂ 7000 ਰੁਪਏ ਨਿਵੇਸ਼ ਕਰਦੇ ਜਾਨੀ ਕਿ ਇਨਵੈਸਟ ਕਰਦੇ ਆ 7200 ਰੁਪਏ 7200 ਰੁਪਏ ਤਾਂ ਫਿਰ 2 ਸਾਲਾਂ ਬਾਅਦ ਤੁਹਾਨੂੰ 60000 ਰੁਪਏ ਮਿਲਦਾ ਜੀ ਪਹਿਲਾਂ ਇਹ ਬੰਦਾ ਜਿਹੜਾ ਰਾਧੇ ਸ਼ਾਮ ਹੂੰ ਇਹ ਪ੍ਰਾਪਰਟੀ ਦਾ ਜ਼ਮੀਨਾਂ ਦਾ ਕੰਮ ਕਰਦਾ ਸੀ ਵੇਚਣ ਦਾ ਜਦੋਂ ਉਹ ਕੰਮ ਬੰਦਾ ਪੈ ਗਿਆ ਤੇ ਫਿਰ ਇਹਨੇ ਸ਼ੁਰੂ ਕਰਨ ਲਈ ਫਿਊਚਰ ਮੇਕਰ ਕੰਪਨੀ ਹੂੰ ਤੇ ਫਿਰ ਇਹਦੇ ਵਿੱਚ ਲੋਕਾਂ ਦੇ ਚੰਗੇ ਆਹੂ ਲਾਏ ਤੇ ਫਿਰ ਇਹਦੇ ਉੱਤੇ ਕਈ ਸੂਬਿਆਂ ਦੀ ਪੁਲਿਸ ਨੇ ਪਰਚੇ ਦਰਜ ਕੀਤੇ ਤੇ ਫਿਰ ਇਹ ਜੇਲ੍ਹ ਦੇ ਵਿੱਚ ਜਾ ਕੇ ਆ ਤੇ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਸਾਰ ਇਹ ਆਪਦੇ ਘਰ ਹਿਸਾਰ ਨਹੀਂ ਗਿਆ ਹੂੰ ਇਹ ਗਾਇਬ ਹੋ ਗਿਆ ਤੇ ਹੁਣ ਇਹਦੀਆਂ ਅਧਿਆਤਮਕਤਾ ਦੀਆਂ ਲੋਕਾਂ ਨੂੰ ਸਿਖਾਉਣ ਦੀਆਂ ਲੋਕਾਂ ਨੂੰ ਸਮਝਾਉਣ ਦੀਆਂ ਪ੍ਰਵਚਨ ਦੇਣ ਦੀਆਂ ਵੀਡੀਓ ਵਾਇਰਲ ਹੋ ਰਹੀਆਂ 12 13 ਵੀਡੀਓ ਇਹਨੇ ਬਣਾ ਕੇ ਛੱਡੀਆਂ ਤੇ ਇਹਨੇ ਇੱਕ ਖੋਲੀ ਮੇਰੇ ਖਾਲ ਪਰਮ ਸੰਸਥਾ ਕੋ ਬਣਾਈ ਆ ਪਰਮ ਧਾਮ ਪਰਮ ਧਾਮ ਨਾਲ ਦੀ ਸੰਸਥਾ ਬਣਾਈ ਆ ਤੇ ਹੁਣ ਜਨਾਬ ਨੇ ਕਿਹਾ ਵੀ ਪੰਡੇਰਾ ਖੋਲ ਲੈਣਾ ਹੂੰ ਏ ਉਹਨੇ ਦੇਖਿਆ ਹੋਣਾ ਵੀ ਇਹ ਕੰਮ ਸੌਖਾ ਜਾਂ ਲੱਗਦਾ ਇਹ ਕੰਮ ਸੱਚੀ ਮੁੱੱਚੀ ਸੌਖਾ ਰਿਹਾ ਜੀ ਮੈਂ ਸਾਰੇ ਡੇਰਿਆਂ ਨੂੰ ਮਾੜਾ ਨਹੀਂ ਕਹਿੰਦਾ ਬਹੁਤ سارے ਡੇਰੇ ਬਹੁਤ سارے ਬਾਬੇ ਹਾਂ ਮਨੁੱਖਤਾ ਦੀ ਗੱਲ ਕਰਦੇ ਆ ਹਾਂ ਮਨੁੱਖਤਾ ਦੀ ਗੱਲ ਕਰਦੇ ਆ ਲਾਲਚ ਤੋਂ ਮੁਕਤੀ ਦੀ ਗੱਲ ਕਰਦੇ ਆ ਪਰ ਕਈਆਂ ਦਾ ਆਪਦਾ ਜੁਗਾਰ ਲੱਗਾ ਹੋਇਆ ਤੇ ਇੱਕ ਜੁਗਾਰ ਇਹ ਵੀ ਲਾਉਣ ਦੀ ਕੋਸ਼ਿਸ਼ ਦੇ ਵਿੱਚ ਬਿਲਕੁਲ ਆਪਾਂ ਅਸਲੀ ਲੋਕਾਂ ਨੂੰ ਪਛਾਣੀਏ ਜਿਹੜੇ ਲੋਕ ਵਾਕਈ ਮਨੁੱਖਤਾ ਦੀ ਸੇਵਾ ਕਰਦੇ ਨੇ ਜਿਹੜੇ ਵਾਕਈ ਅੱਗੇ ਹੋ ਕੇ ਗਰੀਬਾਂ ਦੀ ਬਾਹ ਫੜਦੇ ਨੇ ਜਿਹੜੇ ਵਾਕਈ ਲੋੜਵੰਦਾ ਦਾ ਸਾਥ ਦਿੰਦੇ ਨੇ ਉਹਨਾਂ ਡੇਰਿਆਂ 'ਚ ਜ਼ਰੂਰ ਜਾਓ ਉਹਨਾਂ ਲੋਕਾਂ ਪਰ ਜਿਹੜੇ ਲੋਕ ਸਿਰਫ ਸਿਰਫ ਅਧਿਆਤਮਿਕਤਾ ਦੇ ਨਾਂ ਦੇ ਉੱਪਰ ਠੱਗੀਆਂ ਮਾਰਦੇ ਨੇ ਜਿਹੜੇ ਤੁਹਾਨੂੰ ਮੂਰਖ ਬਣਾਉਣ ਦਾ ਕੰਮ ਕਰਦੇ ਨੇ ਉਹਨਾਂ ਲੋਕਾਂ ਤੋਂ ਦੂਰ ਰਹੋ ਜਿੰਨੀਕ ਪਰਮਾਤਮਾ ਨੇ ਸਾਨੂੰ ਸਮਝ ਦਿੱਤੀ ਹੈ ਨਾ ਉਹ ਸਾਰੇ ਦਰਵਾਜ਼ੇ ਖੋਲ੍ਹ ਕੇ ਤੇ ਫੇਰ ਕਿਸੇ ਦਾ ਮਗਰ ਲੱਗਣਾ ਚਾਹੀਦਾ ਮੈਂ ਤੁਹਾਨੂੰ ਦੱਸਦਾ ਮੇਰੇ ਸਾਹਮਣੇ ਵੀਡੀਓ ਆ ਗਈ ਉਹਦੇ ਵਿੱਚ ਨਾ ਇੱਕ ਬੂਬੜੇ ਜਿਹੇ ਦੇ ਕੋਲੇ ਤੇ ਬੀਬੀਆਂ ਜਾਂਦੇਗਾ ਅੱਛਾ ਜੀ ਤੇ ਬੀਬੀ ਨੂੰ ਦੂਰੋਂ ਵੇਖ ਕੇ ਕਹਿੰਦਾ ਨਾ ਆ ਤੇਰੇ ਚ ਚੜੇਲਾ ਚੜੇਲਾ ਤੇਰੇ ਚ ਇਹ ਮੈਂ ਛੱਡਣੀ ਨਹੀਂ ਗਈ ਤੇ ਬਛੜਣੀ ਨਹੀਂ ਗਈ ਇਹ ਮੈਂ ਛੱਡਣੀ ਨਹੀਂ ਗਈ ਜੇ ਕਰੀ ਜਾਵੇ ਉਹ ਕਰ ਬੈ ਜੁੱਤੀ ਹੀ ਲਾ ਲੂੰ ਚੌਰਾ ਨਾ ਹੋਵੇ ਤਾਂ ਬਥੇਰੇ ਪਟੜੇ ਪਾਏ ਤੋ ਮੈਂ ਤਾਂ ਹੋਰ ਗੱਲ ਕਰ ਨਹੀਂ ਆ ਹਾਂ ਉਹ ਵਿੱਚ ਹੀ ਐ ਚੜੇਲ ਕਰਨ ਲੱਗਿਆ ਮੈਨੂੰ ਥੋੜਾ ਸਾਰਾ ਟਬਰ ਚੜੇਲ ਹੋਊਗਾ ਜੀ ਤੇਰੀ ਭੈਣ ਜੜੇ ਰਹੂਗੀ ਉਹ ਬੇਬੀ ਪੈ ਗਈ ਉਹ ਕੋ ਜੀ ਬਿਲਕੁਲ ਤੇ ਇੱਕ ਬੀਬੀਆਂ ਨੂੰ ਬੇਨਤੀ ਵੀ ਕਰ ਦਿਆਂ ਜੀ ਦਾ ਸਾਹਿਬ ਐਸ ਤੋ ਸਾਰਿਆਂ ਨੂੰ ਇਹ ਬੇਨਤੀ ਕਰਨੀ ਬਣਦੀ ਐ ਕਿ ਆਪਾਂ ਬਹੁਤ ਛੇਤੀ ਕਿਸੇ ਵੀ ਬੂਬਨੇ ਦੇ ਮਗਰ ਨਾ ਲੱਗ ਜਾਇਆ ਕਰੀਏ ਥੋੜਾ ਜਿਆ ਸੋਚ ਸਮਝ ਕੇ ਕਿਸੇ ਦਾ ਮਗਰ ਲੱਗੇ ਬਿਲਕੁਲ ਸਰ ਜੱਜ ਦਾ ਵੀ ਚਾਹ ਹਰਮਨਜੀਤ ਦੇਖੋ ਬੰਦਾ ਥੱਕ ਜਾਂਦਾ ਹਾਂਜੀ ਕੰਮ ਕਾਜ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਜਦੋਂ ਸਿਰ ਦੇ ਉੱਤੇ ਹੋਣ ਨਾ ਬਹੁਤ ਸਾਰੇ ਤੇ ਫਿਰ ਬੰਦਾ ਸਾਰੇ ਕੰਮਾਂ ਦੇ ਲਈ ਵਕਤ ਨਹੀਂ ਕੱਢ ਸਕਦਾ ਸਹੀ ਹੈ ਹੁਣ ਜੇ ਤੁਹਾਨੂੰ ਇਹ ਗੱਲ ਕਹੀ ਜਾਵੇ ਵੀ ਭਾਈ ਆ ਪ੍ਰੋਗਰਾਮ ਕਰਨ ਸਾਰ ਨਾਲ ਹੀ ਪਿੰਡੀਆਂ ਲੈ ਕੇ ਜਾਣੀਆਂ 10 ਕਿਲੋ ਤੁਸੀਂ ਕਹੋਗੇ ਵੀ ਐਕਟਵਾ ਤੇ ਕਿਵੇਂ ਲੈ ਕੇ ਜਾਵਾਂ 10 ਕਿਲੋ ਭਾਈ ਮੈਨੂੰ ਜਾਂ ਤਾਂ ਕੋਈ ਕਾਰ ਦਿਓ ਜੀ ਜਾਂ ਮੈਨੂੰ ਕੋਈ ਜੀਪ ਦਿਓ ਜਾ ਮੈਨੂੰ ਆਟੋ ਕਰਾ ਕੇ ਦਿਓ ਜੇ ਤੁਹਾਨੂੰ ਇਹ ਕਿ ਭਿੰਡਗਾ ਛੱਡ ਕੇ ਘਰੇ ਨਾਲ ਦੀ ਨਾਲ ਤੁਸੀਂ ਦੁਬਾਰਾ ਸ਼ਹਿਰ ਆਉਣਾ ਤੇ ਭਾਈ ਸ਼ਹਿਰ ਦੇ ਵਿੱਚੋਂ ਆ ਆਸਮਾਨ ਹੋਰ ਲੈ ਕੇ ਜਾਣੇ ਤੁਸੀਂ ਕਹੋਗੇ ਵੀ ਨਹੀਂ ਐ ਨਹੀਂ ਐਵੇਂ ਭਜੜਟ ਕਰਾਈ ਜਾਂਦੇ ਆ ਇੱਕੋ ਵੇਲੇ ਕਹਿ ਦਿੰਦੇ ਡਾਡਾ ਸਾਹਿਬ ਮੈਂ ਇਹ ਸਾਰਾ ਕੁਝ ਕਰ ਲਵਾਂਗੀ ਵੈਸੇ ਇੱਡੀ ਕੀ ਗੱਲ ਐ ਇਹ ਦੀ ਤੁਸੀਂ ਕਰ ਲੂਗੇ ਥੋੜਾ ਜਿਹਾ ਸਣੀ ਦਾ ਥੋੜੀ ਆ ਤੁਸੀਂ ਐਵੇਂ ਮੈਨੂੰ ਅੰਡਰਐਸਟੀਮੇਟ ਕਰੀ ਜਾਂਦੇ ਹੋ ਐਵੇਂ ਤੁਸੀਂ ਗਲਤ ਅੰਦਾਜ਼ੇ ਲਾਈ ਜਾਂਦੇ ਹੋ ਮਤਲਬ ਉਹ ਕਹਿਣ ਦਾ ਇਹ ਆ ਵੀ ਸਨੀ ਦਿਓਲ ਸਾਹਿਬ ਆ ਜਿਹੜੇ ਹਾਂਜੀ ਉਹ ਕਹਿੰਦੇ ਯਾਰ ਮੈਂ ਕੀ ਕੀ ਕਰਾਂ ਉਹਨਾਂ ਦੀਆਂ ਫਿਲਮਾਂ ਆਉਂਦੀਆਂ ਇਹ ਕਹਿੰਦੇ ਵੀ ਫਿਲਮਾਂ ਕਰੋ ਤੁਸੀਂ ਮੈਨੂੰ ਕਹਿੰਦੇ 2.5 ਕਿਲੋ ਦਾ ਹੱਥ ਹੈ ਬੇ ਤੋਲ-ਤੋਲ ਕੇ ਫਿਲਮ ਕਰਨਾ ਕਾਜੀ ਤੁਸੀਂ ਕਹਿੰਦੇ ਹੋ ਵੀ ਨਲਕਾ ਪੱਟ ਦਿਓ ਉਹ ਵੀ ਪੱਟਣਾ ਹੁੰਦਾ ਸੀ ਅਸ਼ਰਫ ਅਲੀ ਨਾਲ ਮੈਂ ਕਿਵੇਂ ਹੁਣ ਤੱਕ ਸਿੱਝਿਆ ਹਾਂ ਹਾਂ ਤੇ ਤਾਰੇ ਦਾ ਤਾਂ ਅੱਗੇ ਨਹੀਂ ਪਾਸਪੋਰਟ ਤੇ ਵੀਜ਼ਾ ਲੱਗ ਰਿਹਾ ਹਾਂ ਉਹ ਕਹਿੰਦਾ ਮੈਂ ਫਿਲਮ ਦੇ ਪ੍ਰਚਾਰ ਦੇ ਵਿੱਚ ਵੀ ਰਜਿਆ ਤੇ ਉਧਰ ਤੁਸੀਂ ਕਰਿਵੇਂ ਪਠਾਨਕੋਟ ਆ ਤੇ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ ਉਹ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ ਉਹਨਾਂ ਦੀ ਗਲਤੀ ਆ ਅੱਛਾ ਹਾਂ ਚਲੋ ਖੈਰ ਕੋਈ ਗੱਲ ਇੱਕ ਵੀਰਵਾ ਸਾਹਮਣੇ ਆਇਆ ਉਹਦੇ ਚ ਪਤਾ ਇਹ ਲੱਗਾ ਵੀ ਜਿਹੜੀ ਹੁਣ ਤੱਕ ਦਾ ਸੰਸਦ ਦਾ ਇਜਲਾਸ ਚੱਲੇ ਆ ਆ ਜਿਹੜੀ ਹੁਣ ਚੱਲ ਰਹੀ ਆ ਲੋਕ ਸਭਾ ਦੀ ਲੜੀ ਇਹਦੇ ਵਿੱਚ ਹੁਣ ਤੱਕ ਸਵਾ ਚਾਰ ਵਰਿਆਂ ਦੇ ਵਿੱਚ ਜੀ ਜਿੰਨੀਆਂ ਵੀ ਲੋਕ ਸਭਾ ਦੀਆਂ ਬੈਠਕਾਂ ਹੋਈਆਂ ਸੈਸ਼ਨ ਹੋਏ ਆ ਉਹਦੇ ਵਿੱਚ ਸਿਰਫ ਤੇ ਸਿਰਫ ਜਨਾਬ ਦੀ ਸਨੀ ਦੇ ਔਲ ਦੀ ਪੰਜਾਬੀਆਂ ਦੇ ਪੁੱਤ ਦੀ 20% ਦੀ ਹਾਜ਼ਰੀ ਰਹੀ ਹੈ ਗੁਰਦਾਸਪੁਰ ਦੇ ਪੁੱਤ ਦੀ ਗੁਰਦਾਸਪੁਰ ਦੇ ਪੁੱਤ ਦੀ ਤੇ ਫਿਰ ਜਿਹੜਾ ਆ ਹੁਣੇ-ਹੁਣੇ ਸੈਸ਼ਨ ਮੁੱਕਿਆ ਬਜਟ ਸੈਸ਼ਨ ਜਿਹੜਾ ਕਿ ਜਨਵਰੀ ਮਹੀਨੇ ਸ਼ੁਰੂ ਹੋਇਆ ਸੀ ਤੇ ਹੁਣੇ-ਹੁਣੇ ਮੁੱਕਿਆ ਇਹਦੇ ਵਿੱਚ 23 ਮੀਟਿੰਗਾਂ ਹੋਈਆਂ ਯਾਨੀ ਕਿ 23 ਬੈਠਕਾਂ ਹੋਈਆਂ ਹਾਂ ਜੀ ਇਹਦੇ ਵਿੱਚ ਜਨਾਬ ਸਿਰਫ ਦੋਹਾਂ ਦੇ ਵਿੱਚ ਹਾਜ਼ਰ ਹੋਏ ਐ ਇਕਿਆਂ ਦੇ ਵਿੱਚ ਗਏ ਹੀ ਨਹੀਂ ਜੀ ਇਹ ਜਿਹੜਾ ਸੈਸ਼ਨ ਜੀ ਤੁਸੀਂ ਗੱਲ ਕਰ ਰਹੇ ਹੋ ਟਾਣਾ ਸਾਹਿਬ 31 ਜਨਵਰੀ ਨੂੰ ਸ਼ੁਰੂ ਹੋਇਆ ਸੀ ਤੇ 6 April ਨੂੰ ਸਮਾਪਤ ਹੋਇਆ ਬਿਲਕੁਲ ਜੀ ਤੇ ਉਹਨਾਂ ਦੇ ਕੋਲੇ ਸਮਾਂ ਨਹੀਂ ਸੀਗਾ ਜੀ ਕਿਉਂਕਿ ਉਹ ਫਿਲਮ ਦੇ ਪ੍ਰਚਾਰ ਦੇ ਵਿੱਚ ਵੀ ਰੁੱਝੇ ਆ ਹੂੰ ਤੇ ਉਹਨਾਂ ਨੇ ਕਿਹਾ ਵੀ ਕਰ ਦਿਆਂਗੇ ਯਾਰ ਸਾਰਾ ਕੁਝ ਹੋ ਜਾਣਾ ਕਿਉਂ ਚਿੰਤਾ ਕਰਨੀ ਬਿਲਕੁਲ ਸਹੀ ਹੈ ਤੇ ਸਭ ਕੁਝ ਦੇ ਵਿੱਚ ਬੀਬੀ ਬਾਦਲ 15 ਦਿਨ ਹਾਜ਼ਰ ਰਹੇ ਨੇ ਬਿਲਕੁਲ ਜੀ ਤੇ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਉਹ ਦੂਜੇ ਨੰਬਰ ਦੇ ਉੱਤੇ ਆਏ ਪੰਜਾਬ ਦੇ ਵਿੱਚੋਂ ਹਾਜ਼ਰੀ ਦੇ ਮਾਮਲੇ 'ਚ ਜੀ ਪਹਿਲੇ ਨੰਬਰ ਦੇ ਉੱਤੇ ਗੈਰ ਹਾਜ਼ਰੀ ਚਾਹਲ ਦੇ ਵਿੱਚ ਉਹ ਆਏ ਹੈਗੇ ਜੀ ਸਨੀ ਦਿਓਲ ਹਾਂਜੀ ਦੂਜੇ ਨੰਬਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਤਾਂ ਬੀਬੀ ਹਰਸਿਮਰਤ कौर ਬਾਦਲ ਦੀਆਂ ਕਿੰਨੀਆਂ 15 ਦਿਨ ਜੀ ਜੀ ਸੁਖਬੀਰ ਬਾਦਲ ਹੋਣੀ 4 ਦਿਨ ਹੀ ਗਏ ਸੀ ਜੀ ਤੇ ਇੱਕ ਗੱਲ ਹੋਰ ਆ ਵੀ ਆਮ ਆदमी ਪਾਰਟੀ ਦੇ ਕਈ ਜਿਹੜੇ ਆ ਆਗੂ ਉਹਨਾਂ ਦੀਆਂ ਚੋਖੀਆਂ ਹਾਜ਼ਰੀਆਂ ਰਹੀਆਂ ਜੀ ਕਈ ਕਾਂਗਰਸੀਆਂ ਦੇ ਵੀ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਕਾਫੀ ਹਾਜ਼ਰੀ ਰਹੀ ਆ ਜੀ ਬਾਕੀ ਵੀ ਰਹੀਆਂ ਪਰ ਗੱਲ ਇਹ ਆ ਵੀ ਇਹ ਜਾਂਦੇ ਹੀ ਨਹੀਂ ਜੀ ਪਰ ਇੱਥੇ ਦੂਜਾ ਪੱਖ ਇਹ ਕਾਫੀ ਨਹੀਂ ਹੈ ਭਾਵੇਂ ਚਾਹੇ ਕਿਸੇ ਵੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਹੋਵੇ ਉੱਥੇ ਜਾ ਕੇ ਸੁੱਚੇ ਮੂੰਹ ਮੁੜਿਆਉਣਾ ਤੇ ਜਾਂ ਫਿਰ ਉੱਥੇ ਸਿਰਫ ਜਾ ਕੇ ਤੇ ਬਹਿ ਕੇ ਦਾ ਟੇਬਲ ਖੜਕਾ ਕੇ ਤੇ ਫਿਰ ਵਾਪਸ ਆਇਆ ਨਾ ਇਹਦਾ ਕੋਈ ਫਾਇਦਾ ਨਹੀਂ ਹੈ ਜਾ ਕੇ ਉੱਥੇ ਲੋਕਾਂ ਦੇ ਮੁੱਦੇ ਵੀ ਚੁੱਕੋ ਸਵਾਲ ਕਿੰਨੇ ਤੁਸੀਂ ਕਰਦੇ ਹੋ ਇਹ ਵੀ ਜ਼ਰੂਰ ਮਨ ਲਾਦਾ ਮਾਇਨੇ ਰੱਖਦਾ ਔਰ ਮੈਨੂੰ ਇਹ ਲੱਗਦਾ ਹੁੰਦਾ ਜਨਾਬ ਸਾਹਿਬ ਵੀ ਜਿਹੜੇ ਲੋਕ ਇੰਨੀ ਵੱਡੀ ਜ਼ਿੰਮੇਵਾਰੀ ਮਿਲਣ ਦੇ ਬਾਵਜੂਦ ਵੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ ਜਿਹੜੇ ਉੱਥੇ ਜਾਣਾ ਹੀ ਜ਼ਰੂਰੀ ਨਹੀਂ ਸਮਝਦੇ ਇਹਨਾਂ ਨੂੰ ਇੱਕ ਬਹੁਤ ਵੱਡਾ ਜੁਰਮਾਨਾ ਹੋਣਾ ਚਾਹੀਦਾ ਬਿਲਕੁਲ ਹੋਣਾ ਚਾ ਤੇ ਅਸਲ ਦੇ ਵਿੱਚ ਨਾ ਇੱਕ ਹੋਰ ਵੀ ਗੱਲ ਆ ਹਰਮਨ ਜੀ ਵੀ ਜੁਰਮਾਨੇ ਵੀ ਇਹਨਾਂ ਦਾ ਵੈਸੇ ਕੀ ਵਿਗਾੜਨਗੇ ਨਹੀਂ ਪਰ ਇਹ ਘੱਟੋ ਘੱਟ ਤਾਂ ਆਪਣੀ ਨੈਤਿਕਤਾ ਦੀ ਗੱਲ ਆ ਹੂੰ ਬੀਰ ਜੇਕਰ ਤੁਹਾਨੂੰ ਲੋਕਾਂ ਨੇ ਚੁਣਿਆ ਤੇ ਕਾਦੇ ਲਈ ਚੁਣਿਆ ਤੇ ਜੇਕਰ ਤੁਹਾਡੇ ਕੋਲੇ ਸਮਾਂ ਨਹੀਂ ਆ ਤੇ ਫਿਰ ਤੁਸੀਂ ਕਿਉਂ ਉੱਥੇ ਬੈਠੇ ਹੋ ਕੁਰਸੀ ਤੇ ਜੇਕਰ ਉਹ ਜ਼ਿੰਮੇਵਾਰੀ ਆਪਣੀ ਨਹੀਂ ਸਮਝਦੇ ਤਾਂ ਹਰ ਟੈਣਾ ਸਭ ਤੋਂ ਉਦੇ ਲਈ ਨਿਯਮ ਤਾਂ ਹੋਣੇ ਚਾਹੀਦੇ ਵੀ ਘੱਟੋ ਘੱਟ ਇੰਨੇ ਦਿਨ ਤੁਹਾਡਾ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਹਾਜ਼ਰ ਨਹੀਂ ਹੁੰਦੇ ਤੁਹਾਨੂੰ ਐਡਾ ਜੁਰਮਾਨਾ ਲਗਾਇਆ ਜਾਊਗਾ ਹਨਾ ਤੇ ਜੇਕਰ ਤੁਹਾਨੂੰ ਜੁਰਮਾਨਾ ਲੱਗ ਜਾਂਦਾ ਤੁਹਾਡੀ ਹਾਜ਼ਰੀ ਕੱਟ ਪਈ ਜਾਂਦੀ ਹੈ ਤੇ ਤੁਸੀਂ ਦੁਬਾਰਾ ਇਹ ਇਹ ਸੌਦੇ ਦੁਪਰ ਨਹੀਂ ਆ ਸਕਦੇ ਕੋਈ ਵੀ ਵਿਅਕਤੀ ਕਿਸੇ ਵੀ ਕੰਪਨੀ ਦੇ ਵਿੱਚ ਦਫ਼ਤਰ ਦੇ ਵਿੱਚ ਨੌਕਰੀ ਕਰਦਾ ਜੀ ਜਿਹੜੇ ਗੈਰ ਸਰਕਾਰੀ ਆ ਹੂੰ ਉਹਦੇ ਜਿੰਨੇ ਦਿਨ ਲਾਏ ਹੁੰਦੇ ਆ ਓਨੀ ਤਨਖਾਹ ਮਿਲਦੀ ਆ ਸਹੀ ਕਿਆ ਤੇ ਜਿਹੜੇ ਏਆ ਇਹ ਵੀ ਤਾਂ ਫਿਰ ਗੈਰ ਸਰਕਾਰੀ ਆ ਇਹ ਕਿਹੜਾ ਸਰਕਾਰੀ ਅਧਿਕਾਰੀ ਪੱਕੇ ਤੌਰ ਤੇ 58 ਸਾਲ ਦੀ ਚੁਣਲੇ ਆ 5 ਸਾਲ ਲਈ ਚੁਣੇ ਗਏ ਆ ਨਾ ਤੇ ਜੇਕਰ ਭਾਈ ਇਹ ਆਪਣੇ ਹਲਕੇ ਦੇ ਵਿੱਚ ਨਹੀਂ ਵੜਦੇ ਹੂੰ ਇਹ ਲੋਕ ਸਭਾ ਵਿਧਾਨ ਸਭਾ ਦੇ ਵਿੱਚ ਨਹੀਂ ਜਾਂਦੇ ਉੱਥੇ ਸਵਾਲ ਨਹੀਂ ਕਰਦੇ ਤਨਖਾਹ ਕੱਟ ਲਓ ਬਿਲਕੁਲ ਸਹੀ ਇਹਨਾਂ ਨੂੰ ਜੁਰਮਾਨਾ ਸੱਚੀ ਮੁੱਚੀ ਲੱਗਣਾ ਚਾਹੀਦਾ ਪਰ ਗੱਲ ਤਾਂ ਫਿਰ ਨੈਤਿਕਤਾ ਦੀ ਆ ਗਈ ਨੈਤਿਕਤਾ ਹੈ ਕਿੱਥੇ ਉਹੋ ਜਿਹੇ ਲੋਕ ਤੇ ਉਹੋ ਜਿਹੇ ਨੇਤਾ ਹੂੰ ਲੋਕ ਵੀ ਸਿਰਫ ਡਾਇਲੌਗ ਸੁਣਨ ਲਈ ਚੁੰਦੇ ਆ ਤੇ ਉਹ ਫਿਰ ਸੁਣਾਈ ਜਾਂਦੇ ਆ ਉਹ ਕਹਿੰਦੇ ਮੇਰੀ ਫਿਲਮ ਆ ਰਹੀ ਗਦਰ 2 ਦੇਖਿਓ ਵੀ ਤਾਰਾ ਸਿੰਘ ਇੱਥੇ ਕਿੱਧਰ ਨੂੰ ਜਾਂਦਾ ਸ਼ਕੀਨਾ ਬੇਗਮ ਕਿੱਧਰ ਚੱਲਦੀ ਆ ਕਿੱਥੇ ਦਾ ਵੀਜ਼ਾ ਮਿਲਦਾ ਹਾਂ ਆਦੀ ਹਾਜ਼ਰੇ ਚੰਚੀ ਦਾ ਵੀ ਚਾਹ ਜਣਾ ਸਾਹਿਬ ਇੱਕ ਹੋਰ ਖਬਰ ਜਿਹੜੀ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਪਰ ਵੀ ਬਹੁਤ ਜ਼ਿਆਦਾ ਫੈਲੀ ਹੋਈ ਆ ਉਹਦੀ ਵੀ ਗੱਲ ਕਰ ਲਈਏ ਕਹਿੰਦੇ ਕਿ ਹਨੀਪ੍ਰੀਤ ਨੂੰ ਵੀ ਧਮਕੀ ਮਿਲੀ ਹੈ ਮਾੜੀ ਗੱਲ ਧਮਕੀ ਕਿਸੇ ਨੂੰ ਵੀ ਮਿਲੇ ਅਸੀਂ ਉਹਦੇ ਨਾਲ ਵਿਚਾਰ ਧਾਰਕ ਤੌਰ ਤੇ ਸਹਿਮਤ ਹੋਏ ਜਾਂ ਅਸਹਿਮਤ ਪਰ ਧਮਕੀਆਂ ਫਰੋਤੀਆਂ ਕਤਲ ਮਾਰ ਦੇਾਂਗੇ ਆ ਕਰ ਦੇਾਂਗੇ ਐਦਾਂ ਦੀਆਂ ਗੱਲਾਂ ਕਿਤੇ ਵੀ ਨਹੀਂ ਹੋਣਾ ਚਾਹੀਦੀਆਂ ਤੇ ਹਣੀਪ੍ਰੀਤ ਜਿਹੜੀ ਕਿ ਰੂਹ ਦੀ ਐ ਇਸ ਵੇਲੇ ਉਹਨੂੰ ਪਤਾ ਲੱਗਾ ਜੀ ਕਿ ਇੱਕ ਵਿਅਕਤੀ ਦੇ ਵੱਲੋਂ ਜਾਨੋਂ ਮਾਰ ਦੀ ਧਮਕੀ ਦਿੱਤੀ ਗਈ ਆ ਇਹ ਗੱਲ ਕਹੀ ਗਈ ਵੀ ਜਾਂਦਾ 50 ਲੱਖ ਰੁਪਏ ਦੇ ਦੇ ਤੇ ਜਾਂ ਫਿਰ ਤੈਨੂੰ ਜਾਨੋਂ ਮਾਰ ਦੇਣਾ ਤੇ ਉਹਨੇ ਕਰਵਾਈ ਜੀ ਪੁਲਿਸ ਦੇ ਕੋਲੇ ਸ਼ਿਕਾਇਤ ਦਰਜ ਤੇ ਪੁਲਿਸ ਦੇ ਵੱਲੋਂ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਦਾ 2 ਦਿਨ ਦਾ ਰਿਮਾਰਡ ਹਾਸਲ ਕੀਤਾ ਗਿਆ ਜੀ ਇਹਨੇ ਇਹ ਗੱਲ ਕਹੀ ਸੀ ਵਟਸਐਪ ਤੇ ਉਹ ਧਮਕੀ ਦੇ ਕੇ ਵੀ ਭਾਈ ਮੈਂ ਲਾਰੈਂਸ ਗੈਂਗ ਦੇ ਨਾਲ ਜੁੜਿਆ ਹੋਇਆ ਅੱਛਾ ਜੀ ਤੇ ਚਾਰ ਬੰਦੇ ਦੇ ਨਾਂ ਚੁਣੇ ਗਏ ਆ ਉਹਦੇ ਵਿੱਚੋਂ ਇੱਕ ਤੁਹਾਡਾ ਨੰਬਰ ਆ ਹਾਂ ਜਾਂ ਤਾਂ 50 ਲੱਖ ਰੁਪਏ ਦੇ ਦਿਓ ਤੇ ਜਾਂ ਫਿਰ ਪੜਨੇ ਪਾ ਲੈਣਾ ਅੱਛਾ ਪਰ ਪੜਿਆ ਵਿਚਾਰ ਲਓ ਹਾਂ ਤੇ ਫਿਰ ਪੁਲਿਸ ਨੇ ਇਹਨੂੰ ਗ੍ਰਿਫਤਾਰ ਕਰ ਲਿਆ ਹੁਣ ਇਹ ਕਈਆਂ ਹੋਰਾਂ ਦੇ ਨਾਲ ਹੀ ਜਾਂਦਾ ਜੀ ਮੇਰੇ ਤਾਂ ਇਹਦੇ ਨਾਲ ਆ ਮੈਂ ਤਾਂ ਇਹਨੇ ਕਿਹਾ ਸੀ ਮੈਂ ਤਾਂ ਇਹਨੇ ਕਿਹਾ ਸੀਗਾ ਮਤਲਬ ਇਹ ਆ ਵੀ ਇਹੋ ਜਿਹੇ ਲੋਕ ਆ ਜਿਹੜੇ ਉਹ ਟਲਦੇ ਨਹੀਂ ਗਏ ਜੀ ਬਿਲਕੁਲ ਹਟਦੇ ਨਹੀਂ ਗਏ ਜੀ ਬਿਲਕੁਲ ਇਹ ਮੈਨੂੰ ਇਹ ਲੱਗਦਾ ਹੁੰਦਾ ਜਣਾ ਸਭ ਹੀ ਸ਼ਾਇਦ ਸੁਰਖੀਆਂ ਦੇ ਵਿੱਚ ਆਉਣ ਦੇ ਲਈ ਸ਼ਾਇਦ ਆਪਣੀ ਧੌਂਸ ਜੀ ਦਿਖਾਉਣ ਦੇ ਲਈ ਵੀ ਕੁਝ ਇੱਕ ਲੋਕਾਂ ਦੇ ਵੱਲੋਂ ਇਹ ਕੀਤਾ ਜਾਂਦਾ ਹੈ ਚਾਹੇ ਇਹ ਲੋਕ ਅਸਲੀ ਹੋਣ ਚਾਹੇ ਨਕਲੀ ਹੋਣ ਦੇਖੋ ਜਿਉਣ ਦਾ ਹੱਕ ਹਰ ਕਿਸੇ ਨੂੰ ਹੈ ਸਹੀ ਤੇ ਸ਼ਾਂਤੀ ਨਾਲ ਜਿਉਣ ਦਾ ਅਧਿਕਾਰ ਹਰ ਕੋਈ ਰੱਖਦਾ ਹੈ ਤੁਹਾਨੂੰ ਕੋਈ ਅਧਿਕਾਰ ਨਹੀਂ ਤੁਸੀਂ ਕਿਸੇ ਨੂੰ ਧਮਕੀਆਂ ਦਿਓ ਤੁਸੀਂ ਕਿਸੇ ਨੂੰ ਇਸ ਤਰੀਕੇ ਨਾਲ ਪਰੇਸ਼ਾਨ ਕਰੋ ਤੁਸੀਂ ਆਪਣੀ ਜ਼ਿੰਦਗੀ ਜਿਉਓ ਤਾਂ ਅਗਲੇ ਨੂੰ ਆਪਦੀ ਜਿਉਣ ਦਿਓ ਬਿਲਕੁਲ ਸਹੀ ਚਾਹੇ ਕੋਈ ਵੀ ਹੋਵੇ ਤੁਹਾਨੂੰ ਇਹ ਧਮਕੀਆਂ ਨਹੀਂ ਦੇਣੀਆਂ ਚਾਹੀਦੀ ਬਿਲਕੁਲ ਸਹੀ ਗੱਲ ਹੈ ਤੇ ਬਾਕੀ ਅਗਲੀ ਗੱਲ ਇਹ ਆ ਵੀ ਭਾਈ ਇਸ ਵੇਲੇ ਚੋ ਪਾਸੇ ਇਹ ਹੋ ਜੀਆਂ ਜਦੋਂ ਖਬਰਾਂ ਹੁੰਦੀਆਂ ਤੇ ਮਨ ਦੇ ਉੱਤੇ ਇੱਕ ਸੱਟ ਦੀ ਜ਼ਰੂਰ ਵੱਜਦੀ ਵੀ ਯਾਰ ਆਹ ਕੁਝ ਕਿਉਂ ਹੋਈ ਜਾਂਦਾ ਭਾਵੇਂ ਉਹ ਪੰਜਾਬ 'ਚ ਹੋਵੇ ਭਾਵੇਂ ਹਰਿਆਣੇ 'ਚ ਹੋਵੇ ਭਾਵੇਂ ਦਿੱਲੀ 'ਚ ਹੋਵੇ ਭਾਵੇਂ ਯੂਪੀ ਦੇ ਵਿੱਚ ਹੋਵੇ ਐਵੇਂ ਕਿਤੇ ਨਹੀਂ ਹੋਣਾ ਚਾਹੀਦਾ ਤੇ ਅਗਲੀ ਗੱਲ ਹੈ ਵੀ ਡੇਰੇ ਦੀ ਸੁਰੱਖਿਆ ਦੇ ਵਿੱਚ ਬੜਾ ਵਾਧਾ ਹੋ ਗਿਆ ਸੀ ਅੱਛਾ ਜੀ ਜਿਹੜੇ ਡੇਰਾ ਪ੍ਰੇਮੀ ਆ ਉਹ ਸਿਰਸੇ ਵਾਲੇ ਡੇਰੇ ਦੇ ਆਲੇ ਦੁਆਲੇ ਪੂਰੀ ਸੁਰੱਖਿਆ ਕਰਕੇ ਖੜ੍ਹ ਗਏ ਸੀ ਵੀ ਹਰ ਬੰਦੇ ਦੀ ਤਲਾਸ਼ੀ ਲੈ ਕੇ ਅੰਦਰ ਆਉਣ ਜਾਂਦੇ ਆ ਬਾਹਰ ਜਾਣ ਦਿੰਦੇ ਆ ਸੋ ਇਸ ਤਰੀਕੇ ਦੀਆਂ ਗੱਲਾਂ ਸਭ ਕੁਝ ਠੀਕ ਰਵੇ ਚੜ੍ਹਦੀ ਕਲਾ 'ਚ ਰਵੇ ਡੇਰੇ ਜਾਣਾ ਜਾਓ ਨਹੀਂ ਜੜਾ ਨਾ ਜਾਓ ਜਿੱਥੇ ਮਰਜ਼ੀ ਜਾਓ ਸਾਡੇ ਦੇ ਨਾਲ ਕੋਈ ਸਬੰਧ ਨਹੀਂਗਾ ਕੋਈ ਵੀ ਬੰਦਾ ਕਿੱਥੇ ਆਪਣੀ ਆਸਥਾ ਰੱਖਦਾ ਹੈ ਇਹਦਾ ਇਹ ਉਹਦਾ ਆਪਣਾ ਨਿੱਜੀ ਮਸਲਾ ਹੈ ਕਿ ਇਹਨੇ ਕਿੱਥੇ ਜਾਣਾ ਹੈ ਕਿੱਥੇ ਨਤਮਸਤਕ ਹੋਣਾ ਹੈ ਕਿੱਥੇ ਉਹਨੇ ਜਾ ਕੇ ਆਪਣੀ ਜਿਹੜੀ ਸੰਤੁਸ਼ਟੀ ਮਾਨਸਿਕ ਸੰਤੁਸ਼ਟੀ ਜਿਹੜੀ ਹਾਸਲ ਕਰਨੀ ਹੈ ਇਹ ਅਗਲੇ ਦਾ ਆਪਣੀ ਆਪਣਾ ਨਿੱਜੀ ਮਸਲਾ ਹੈ ਹਾਂ ਆਪਾਂ ਸਲਾਹ ਦੇ ਸਕਦੇ ਆ ਵੀ ਐ ਨਾ ਕਰ ਐ ਨਾ ਕਰ ਤੂੰ ਇਸ ਡੇਰੇ ਨਾ ਜਾ ਜਾਂ ਤੈਨੂੰ ਥੋੜਾ ਸੋਚਣਾ ਚਾਹੀਦਾ ਪਰ ਕਿਸੇ ਤੇ ਆਪਣੀ ਮਰਜ਼ੀ ਥੋਪਣੀ ਇਹ ਕਿਤੇ ਵੀ ਇਲਾਜ ਨਹੀਂ ਹੈ ਮੈਂ ਇਹਨਾਂ ਤੁਹਾਨੂੰ ਜਾਨੀ ਜਾਨੇ ਇੱਕ ਹੋਰ ਗੱਲ ਦੱਸਦਾ ਵੀ ਕਈ ਬੰਦੇ ਨੇ ਜਿਹੜੇ ਹੁੰਦੇ ਆ ਉਹ LT ਜੀ ਗੱਲ ਕਿਵੇਂ ਕਰਦੇ ਹੁੰਦੇ ਇਹ ਕਈਆਂ ਦੇ ਸੁਭਾਅ 'ਚ ਗੱਲ ਹੁੰਦੀ ਵੀ ਥੋੜੀ ਜਿਹੀ ARJ ਲਾ ਕੇ ਗੱਲ ਕਰਨੀ ਚੱਬ ਕੇ ਗੱਲ ਕਰਨੀ ਸ਼ਰਾਰਤੀ ਜਿਹੀ ਗੱਲ ਕਰਨੀ ਮੈਂ ਇੱਕ ਥਾਂ ਤੇ ਗਿਆ ਤੇ ਮੈਨੂੰ ਬੰਦਾ ਕਹਿੰਦਾ ਬਾਈ ਜੀ ਮੋਟਰਸਾਈਕਲ ਤੇ ਆਏ ਆ ਫਿਰ ਤੇ ਮੈਂ ਕਿਹਾ ਵੀ ਭਾਰਤ ਦੇ ਵਿੱਚ ਵੱਡੀ ਗਿਣਤੀ 'ਚ ਲੋਕ ਮੋਟਰਸਾਈਕਲ ਤੇ ਆ ਉਹਨਾਂ 'ਚ ਇੱਕ ਮੈਂ ਵੀ ਆ ਹਾਂਜੀ ਤੇ ਫਿਰ ਕੀ ਹੋ ਗਿਆ ਮੈਂ ਤਾਂ ਹੈਲਮਟ ਵੀ ਲਿਆ ਕੋਈ ਵੀ ਨਹੀਂ ਲੈਂਦਾ ਅੱਜ ਕੱਲ ਤੇ ਕਹਿੰਦਾ ਵੀ ਕਿੰਨੇ ਸਾਲ ਹੋ ਗਏ ਪੱਤਰਕਾਰੀ ਕਰਦਿਆ ਹਾਂਜੀ ਮੈਂ ਕਿਹਾ ਜੀ ਮੈਨੂੰ ਲਗਭਗ 24-25 ਸਾਲ ਹੋ ਗਏ ਹੋਣੇ ਕਹਿੰਦਾ ਜੇਕਰ ਕੋਈ ਤੁਸੀਂ ਹੋਰ ਕੰਮ ਕੀਤਾ ਹੁੰਦਾ ਨਾ ਤਾਂ ਹੁਣ ਤੁਹਾਡੇ ਥੱਲੇ ਗੱਡੀਆਂ ਹੋਣੀਆਂ ਸੀ ਅੱਛਾ ਜੀ ਮੈਂ ਕਿਹਾ ਜੀ ਇੰਨੇ ਜਿਹੜੇ ਆ ਅੱਲਾਹ ਦਾ ਵਿਚਾਰ ਇੰਨੇ ਉੱਚਤਮ ਵਿਚਾਰ ਹਾਂ ਇਹ ਆਪਾਂ ਥਾਂ ਥਾਂ ਹੀ ਵਣਦੇ ਕਿ ਉਹ ਚੇਚਾ ਮੈਨੂੰ ਹੀ ਲੱਭਿਆ ਹਾਂ ਤੇ ਨਾਲੇ ਤੁਸੀਂ ਕਿਹੜੀ ਮਰਸਡੀਜ਼ 'ਚ ਘੁੰਮਦੇ ਹੋ ਇਹ ਵੀ ਦੱਸੋ ਮੈਂ ਫਰਕਲੀ ਗੱਲ ਪੁੱਛੀ ਹਾਂ ਕਿਉਂਕਿ ਉਹ ਉਸ ਵੇਲੇ ਬੱਸ ਦੇ ਵਿੱਚ ਉਤਰਿਆ ਸੀ ਠੀਕ ਹੈ ਮੈਂ ਕਿਹਾ ਜੀ ਆਪ ਜੀ ਕੀ ਕੰਮ ਕਰਦੇ ਹੋ ਹਾਂ ਕਹਿੰਦਾ ਮੈਂ ਫਲਾਣਾ ਕੰਮ ਕਰਦਾ ਹਾਂ ਮੈਨਾਂ ਜੇ ਆਪ ਜੀ ਨੇ ਹੋਰ ਕੀਤਾ ਹੁੰਦਾ ਉਹਨੂੰ ਮੋਟਰਸਾਈਕਲ ਤੇ ਹੋਣਾ ਸੀ ਨਹੀਂ ਨਹੀਂ ਮੈਂ ਸ਼ਾਇਦ ਆਪ ਜੀ ਦੇ ਕੋਲੇ ਜਹਾਜ਼ ਹੁੰਦਾ ਮੈਂ ਆਪਾਂ ਕੀ ਐਵੇਂ ਐਵੇਂ ਮੈਂ ਕਹਿੰਦਾ ਪੱਤਰਕਾਰਾਂ ਕੋਲੇ ਤਾਂ ਕਹਿੰਦਾ ਬਹੁਤ ਪੈਸੇ ਹੋਣੇ ਚਾਹੀਦੇ ਆ ਕਿਉਂ ਹੋਣੇ ਚਾਹੀਦੇ ਪੱਤਰਕਾਰ ਮੈਂ ਕਿਹਾ ਫਿਰ ਤੁਸੀਂ ਪ੍ਰੋਗਰਾਮ ਥੋੜੀ ਦੇਖਣਾ ਸੀ ਹਾਂ ਫਿਰ ਤੁਸੀਂ ਕਹਿੰਦੇ ਦੂਰ ਜਾਓ ਹਾਂ ਬਿਲਕੁਲ ਸਹੀ ਹੈ ਨਾਲੇ ਕਹਿੰਦੇ ਵੀ ਭਾਈ ਸੱਚੀ ਗੱਲ ਕਰਦੇ ਹੋ ਤਾਂ ਕੋਲੇ ਆਇਆ ਹੂੰ ਤੇ ਸੱਚ ਬੋਲਣ ਵਾਲੇ ਨੂੰ ਮੋਟਰਸਾਈਕਲ ਕਿਵੇਂ ਮਿਲ ਜਾਂਦਾ ਇਹ ਦੱਸੋ ਮੈਨੂੰ ਜੀ ਬਿਲਕੁਲ ਸਹੀ ਹੈ ਵੇ ਨਾ ਕਰਿਆ ਕਰੋ ਯਾਰ ਗੱਲ ਨਾ ਕੋਈ ਦੱਸ ਐਵੇਂ ਹੀ ਧਾਰਨਾ ਨਾ ਬਣਾਇਆ ਕਰੋ ਜਿਹੜਾ ਜਿੱਥੇ ਹੈ ਉਹਨੂੰ ਉੱਥੇ ਜੇ ਸੰਤੁਸ਼ਟੀ ਮਿਲਦੀ ਹੈ ਤਾਂ ਠੀਕ ਹੈ ਮੈਂ ਹੈਲਮਟ ਲਿਆ ਬਸ ਮੇਰੇ ਧੰਨਵਾਦ ਕਰੋ ਬਿਲਕੁਲ ਮੈਂ ਆਪਦੇ ਆਪ ਦਾ ਕਰਦਾ ਮੇਰਾ ਸਿਰ ਬਚਿਆ ਹੋਇਆ ਬਿਲਕੁਲ ਸਹੀ ਹੈ ਇਹ ਸਿਰ ਬਚੇਗਾ ਤੇ ਬਚਿਆ ਹੀ ਰਹੇਗਾ ਜੇਕਰ ਹੈਲਮਟ ਪਾਉਂਗੇ ਤਾਂ ਤੇ ਆਪਾਂ ਹੁਣ ਚਲੀਏ ਟਾਲਾ ਸਾਹਿਬ ਜਾਣਦਾ ਹੋ ਗਿਆ ਜੀ ਵੇਲਾ ਆਪਣੀ ਪ੍ਰਤੀਕਿਰਿਆ ਜ਼ਰੂਰ ਸਰਤੇ ਬਚਾਇਓ ਦੋਵਾਂ ਨੂੰ ਫਿਲਹਾਲ ਦੇਵੇ ਇਜਾਜ਼ਤ ਫਿਰ ਮਿਲਾਂਗੇ ਸਾਥੀਆ ਕੱਲ ਤੁਸੀਂ ਵੇਖਦੇ ਰਹੋ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਤੁਹਾਡੀ ਹਾਜ਼ਰੀ ਹੈ ਜੰਚਦਾ ਵੀਚ